ਗਾਇਕੀ ਨੂੰ ਇਬਾਦਤ ਸਮਝਣ ਵਾਲੇ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਖਿਆਨਤ ਬਰਦਾਸ਼ਤ ਨਾ ਕਰਨ ਵਾਲੇ ਗਾਇਕਾਂ ਦੀ ਗਿਣਤੀ ਸਿਰਫ ਉਂਗਲਾਂ 'ਤੇ ਗਿਣਨ ਮਿਣਨ ਜੋਗੀ ਹੈ ਅਤੇ ਪੂਰਨ ਸ਼ਾਹ ਕੋਟੀ ਉਹਨਾਂ ਗਾਇਕਾਂ 'ਚੋਂ ਇੱਕ ਸਿਰ ਕੱਢਵਾਂ ਗਾਇਕ ਹੋਣ ਦਾ ਸ਼ਰਫ ਰੱਖਦਾ ਹੈ। ਗੁਰਬਤ ਹੰਡਾਉਂਦਿਆਂ ਹੋਇਆਂ ਵੀ ਉਸ ਨੇ ਲੋਕ ਸੰਗੀਤ ਦੀ ਪਾਵਨ ਨਦੀ 'ਚ ਜ਼ਹਿਰ ਨਹੀਂ ਘੁਲਣ ਦਿੱਤਾ ਅਤੇ ਸੂਫੀ ਅਤੇ ਲੋਕ ਗਾਇਕੀ ਦਾ ਦੀਵਾ ਵਗਦੀਆਂ ਹਨੇਰੀਆਂ 'ਚ ਵੀ ਜਗਾਈ ਰੱਖਣ ਦਾ ਜਿਹੜਾ ਉਪਰਾਲਾ ਕੀਤਾ ਹੈ ਉਸਦੀ ਗਾਇਕੀ ਕਾਬਲੇ ਤਾਰੀਫ ਹੈ ਅਤੇ ਜਿਗਰਾ ਸਿਜਦਾ ਕਰਨ ਦੇ ਕਾਬਲ ਹੈ। ਝੂਠੀ ਅਤੇ ਫੋਕੀ ਸ਼ੌਹਰਤ ਤੋਂ ਕੋਹਾਂ ਦੂਰ ਰਹਿਣ ਵਾਲਾ ਇਹ ਇੱਕ ਵਿਲੱਖਣ ਅਤੇ ਦਰਵੇਸ਼ ਗਵੱਈਆ ਹੈ। ਸੁਰਾਂ ਦੇ ਸਰਤਾਜ ਪੂਰਨ ਸ਼ਾਹ ਕੋਟੀ ਦਾ ਜਨਮ 22 ਨਵੰਬਰ 1955 ਨੂੰ ਪਿਤਾ ਨਿਰੰਜਣ ਦਾਸ ਅਤੇ ਮਾਤਾ ਲਾਜੋ ਦੀ ਕੁੱਖੋਂ ਹੋਇਆ। ਦੋ ਭਰਾਵਾਂ ਅਤੇ ਤਿੰਨ ਭੈਣਾਂ ਦਾ ਇਹ ਲਾਡਲਾ ਵੀਰ ਬਚਪਨ ਤੋਂ ਹੀ ਫਕੀਰਾਨਾ ਤਬੀਅਤ ਵਾਲੀ ਗਾਇਕੀ ਦਾ ਸ਼ਹਿਦਾਈ ਸੀ। ਗਾਇਕੀ ਦੀ ਜਾਗ ਉਂਝ ਤਾਂ ਪੂਰਨ ਨੂੰ ਘਰੋਂ ਹੀ ਲੱਗੀ ਸੀ ਕਿਉਂਕਿ ਉਸ ਦਾ ਪੜਦਾਦਾ ਸੁਲੇਮਾਨ, ਦਾਦਾ ਸਰਦਾਰਾ ਅਤੇ ਪਿਤਾ ਨਿਰੰਜਣ ਦਾਸ ਆਪਣੇ ਜ਼ਮਾਨੇ ਦੇ ਮੰਨੇ ਪ੍ਰਮੰਨੇ ਗਵੱਈਏ ਅਖਵਾਉਂਦੇ ਸਨ। ਉਂਝੋ ਪਟਿਆਲਾ ਘਰਾਣੇ ਦੇ ਉਸਤਾਦ ਬਾਕਰ ਹੁਸੈਨ ਦਾ ਸ਼ਾਗਿਰਦ ਵੀ ਰਿਹਾ। ਚੜ੍ਹਦੀ ਉਮਰੇ ਉਸ ਦਾ ਵਿਆਹ ਮਥੁਰੂ ਨਾਲ ਹੋਇਆ, ਜਿਸ ਤੋਂ ਸਲੀਮ ਅਤੇ ਪਰਵੇਜ਼ ਨਾਮ ਦੇ ਦੋ ਪੁੱਤਰ ਅਤੇ ਪ੍ਰਵੀਨ ਨਾਮ ਦੀ ਧੀ ਨੇ ਜਨਮ ਲਿਆ। ਸੰਨ 1972 'ਚ ਪੂਰਨ ਲੋਕ ਸੰਪਰਕ ਵਿਭਾਗ 'ਚ ਗਾਇਕ ਵਜੋਂ ਭਰਤੀ ਹੋ ਗਿਆ ਅਤੇ ਅਨੇਕਾਂ ਹੀ ਚਰਚਿਤ ਗੀਤਾਂ ਨਾਲ ਲੋਕ ਮਨਾਂ 'ਤੇ ਰਾਜ ਕਰਨ ਲੱਗ ਪਿਆ। ਉੱਠ ਗਏ ਗਵਾਂਢੋਂ ਯਾਰ, ਤੇਰੇ ਇਸ਼ਕ ਨਚਾਇਆ, ਆਓ ਨੀ ਸਹੀਓ ਰਲ ਦਿਓ ਨੀ ਵਧਾਈ, ਫੱਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ ਆਦਿ ਗੀਤਾਂ ਸਣੇ ਪੂਰਨ ਨੇ ਅੱਜ ਤੱਕ ਜੋ ਵੀ ਗਾਇਆ ਸੁੱਚਾ ਅਤੇ ਸਾਫ਼ ਸੁਥਰਾ ਗਾਇਆ। ਇਹੀ ਕਾਰਨ ਹੈ ਕਿ ਅੱਜ ਅਸੀਂ ਸੁਰਾਂ ਦੀ ਯੂਨੀਵਰਸਿਟੀ ਉਸਤਾਦ ਪੂਰਨ ਸ਼ਾਹ ਕੋਟੀ ਹੋਰਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਵਾਇਤੀ ਗਾਇਕੀ ਅਤੇ ਮੌਜੂਦਾ ਗਾਇਕੀ ਦੇ ਵਿੱਚ ਕਿਹੜੇ ਕਿਹੜੇ ਇਸ ਸਮੇਂ ਵੱਖਰੇਵੇਂ ਅਤੇ ਰਲੇਵੇਂ ਉਹਨਾਂ ਨੂੰ ਨਜ਼ਰ ਆ ਰਹੇ ਨੇ। ਜਦੋਂ ਜਿਹੜਾ ਨਿਰੋਲ ਪੰਜਾਬੀ ਸੰਗੀਤ ਹੈ, ਜਦੋਂ ਇਹਨੂੰ ਖਰਾਬ ਕੋਈ ਕਰਦਾ ਤਾਂ ਫਿਰ ਉਹ ਗੱਲ ਠੀਕ ਨਹੀਂ ਹੈਗੀ। ਗੱਲ ਇਹ ਹੈ ਕਿ ਮਾਈਕਲ ਜੈਕਸਨ ਵਰਗਾ ਕਲਾਕਾਰ ਪੈਦਾ ਥੋੜ੍ਹਾ ਹੋ ਸਕਦਾ ਜੀ। ਮੈਂ ਉਹਨਾਂ ਨੂੰ ਵੀ ਸੁਣਦਾ, ਬਹੁਤ ਸੁਣਿਆ ਉਹਨਾਂ ਨੂੰ, ਐਸੇ ਐਸੇ ਬ੍ਰਿਟਨੀ ਹਿਊਸਟਨ ਜਾਂ ਹੋਰ ਲੋਕ ਜਿਹੜੇ ਗਾਉਣ ਵਾਲੇ ਨੇ ਉਹ ਬਹੁਤ ਅੱਗੇ ਗਾਉਂਦੇ, ਜ਼ਿਆਦਾ ਗਾਉਂਦੇ ਨੇ, ਉਹ ਵੀ ਇਹਨਾਂ 12 ਸੁਰਾਂ ਵਿੱਚੋਂ, ਇਹਨਾਂ 7 ਸੁਰਾਂ ਵਿੱਚੋਂ ਹੀ ਗਾਉਂਦੇ ਨੇ। ਮੈਨੂੰ ਪਤਾ ਸੀ ਸਲੀਮ ਬਹੁਤ ਵੱਡਾ ਗਾਇਕ ਨਿਕਲਣਾ, ਬਹੁਤ ਅੱਛਾ ਗਾਇਕ ਨਿਕਲਣਾ, ਅਤੇ ਮੈਂ ਕਿਸੇ ਨੂੰ ਕਿਉਂ ਦੇਵਾਂ, ਅਤੇ ਇਸ ਕਰਕੇ ਅਸੀਂ ਆਪਣੇ ਘਰਾਨੇ ਵਿੱਚ ਹੀ ਉਹਨੂੰ ਰੱਖ ਲਿਆ। ਮੀਡੀਆ ਹੈਗਾ, ਸੋਸ਼ਲ ਮੀਡੀਆ ਜਿਹਨੂੰ ਕਹਿੰਦੇ ਆ, ਇਹ ਵਧੀਆ ਵੀ ਬਹੁਤ ਹੈ ਅਤੇ ਖਤਰਨਾਕ ਵੀ ਬਹੁਤ ਹੈ। ਬਚ ਕੇ ਰਹਿਣਾ ਚਾਹੀਦਾ, ਸੋਹਣਾ ਬੋਲਣਾ ਚਾਹੀਦਾ। ਇਹ ਜਿੰਨਾ ਚਿਕਰ ਸਰਕਾਰਾਂ ਨਾ ਕਰਨ, ਉਹਨਾਂ ਚਿਕਰ ਤਾਂ ਇਹ ਇੱਦਾਂ ਹੀ ਰਹਿਣਾ, ਕਿਉਂਕਿ ਬਹੁਤ ਵੱਡੇ ਕਲਾਕਾਰ ਜਿਹੜੇ ਸਿਰਮੋਰ ਪੰਜਾਬੀ ਦੇ ਕਲਾਕਾਰ, ਜਿਹੜੇ ਪੰਜਾਬੀ ਗਾਉਣ ਵਾਲੇ ਜਿਹੜੇ ਕਲਾਕਾਰ, ਉਹਨਾਂ ਦਾ ਵੀ ਇਹ ਹਾਲ ਹੋਇਆ ਬਜ਼ੁਰਗ ਅਵਸਥਾ ਵਿੱਚ, ਅਤੇ ਉਹਨਾਂ ਤੋਂ ਇਲਾਵਾ ਫਿਲਮ ਇੰਡਸਟਰੀ ਦੇ ਲੋਕ ਜਿਹੜੇ, ਉਹਨਾਂ ਦਾ ਵੀ ਇਹ ਹਾਲ ਹੋਇਆ, ਕੋਈ ਪੁੱਛਦਾ ਨਹੀਂ। ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਅਤੇ ਪ੍ਰੋਗਰਾਮ ਸੰਵਾਦ ਦੇ ਵਿੱਚ ਤੁਹਾਡਾ ਸਵਾਗਤ ਹੈ। ਗੱਲ ਜਦੋਂ ਸੰਗੀਤ ਦੀ ਕਰਦੇ ਹਾਂ ਤਾਂ ਇਸ ਸਮੇਂ ਭਾਰਤੀ, ਖਾਸ ਤੌਰ 'ਤੇ ਪੰਜਾਬੀ ਸੰਗੀਤ ਦੇ ਉੱਤੇ ਜਿਹੜੇ ਪੱਛਮੀ ਪ੍ਰਭਾਵ ਪਏ ਨੇ, ਉਹਨਾਂ ਦਾ ਕਰਕੇ ਸਾਡੇ ਸੰਗੀਤ ਦੇ ਉੱਤੇ ਕੁਝ ਸਕਾਰਾਤਮਕ ਅਸਰ ਦੇਖਣ ਨੂੰ ਵੀ ਮਿਲ ਰਹੇ ਆ ਅਤੇ ਕੁਝ ਨਕਾਰਾਤਮਕ ਅਸਰ ਵੀ ਦੇਖਣ ਨੂੰ ਮਿਲ ਰਹੇ ਆ, ਜਿਹਦੇ ਵਿੱਚ ਕਿਹਾ ਜਾ ਸਕਦਾ ਕਿ ਸੁਰੀਲੀ ਗਾਇਕੀ ਜਿਹੜੀ ਆ ਇਸ ਸਮੇਂ ਜ਼ਿਆਦਾਤਰ ਸ਼ੋਰੀਲੀ ਗਾਇਕੀ ਦੇ ਵਿੱਚ ਤਬਦੀਲ ਹੁੰਦੀ ਜਾ ਰਹੀ ਹੈ। ਪਰ ਇਸ ਦੌਰ ਦੇ ਵਿੱਚ ਵੀ ਇੱਕ ਹਸਤੀ, ਇੱਕ ਸ਼ਖਸ ਇਹੋ ਜਿਹਾ ਆ ਜਿਹਨੇ ਆਪਣੀ ਉਸ ਰਵਾਇਤੀ ਗਾਇਕੀ ਨੂੰ, ਉਸ ਸੁਰ ਸਾਧਨਾ ਨੂੰ ਆਪਣੇ ਪੱਲੇ ਨਾਲ ਬੰਨ ਕੇ ਰੱਖਿਆ ਹੋਇਆ ਹੈ। ਜੇ ਉਹਨਾਂ ਨੂੰ ਅਸੀਂ ਸੰਗੀਤ ਦੀ ਯੂਨੀਵਰਸਿਟੀ ਕਹਿ ਲਈਏ ਤਾਂ ਕੋਈ ਅਤਕਥਨੀ ਨਹੀਂ ਹੋਏਗੀ, ਕਿਉਂਕਿ ਬਹੁਤ ਸਾਰੇ ਮਾਇਨਾਜ਼ ਹੀਰੇ ਦਿੱਤੇ ਨੇ ਪੰਜਾਬੀ ਗਾਇਕੀ ਦੇ ਖੇਤਰ ਦੇ ਵਿੱਚ ਉਹਨਾਂ ਨੇ। ਉਸਤਾਦ ਪੂਰਨ ਸ਼ਾਹ ਕੋਟੀ ਨਾਮ ਹੀ ਕਾਫੀ ਹੈ, ਇਸ ਵੇਲੇ ਸਾਡੇ ਮੌਜੂਦ ਨੇ। ਪੂਰਨ ਸ਼ਾਹ ਕੋਟੀ ਜੀ, ਸਭ ਤੋਂ ਪਹਿਲਾਂ ਤਾਂ ਜੀ ਆਇਆਂ ਪ੍ਰੋਗਰਾਮ ਸੰਵਾਦ ਦੇ ਵਿੱਚ। ਮਿਹਰਬਾਨੀ ਜੀ, ਤੁਹਾਨੂੰ ਵੀ ਜੀ ਆਇਆਂ, ਜਿੰਦੇ ਰਹੋ। ਪਹਿਲਾਂ ਤਾਂ ਮੈਂ ਗੁਸਤਾਖੀ ਮੁਆਫੀ ਚਾਹੁੰਦਾ ਇਸ ਚੀਜ਼ ਦੇ ਲਈ ਕਿ ਤਬੀਅਤ ਨਾਸਾਜ਼ ਹੋਣ ਦੇ ਬਾਵਜੂਦ ਵੀ ਅਸੀਂ ਤੁਹਾਡੇ ਆਰਾਮ ਦੇ ਵਿੱਚ ਖਲਲ ਪਾਇਆ ਅਤੇ ਇਸ ਵੇਲੇ ਤੁਹਾਨੂੰ ਗੱਲਬਾਤ ਕਰਨ ਦੇ ਲਈ ਕਹਿ ਸਕਦੇ ਇੱਕ ਤਰੀਕੇ ਨਾਲ ਮਜਬੂਰੀ ਕਰ ਰਹੇ। ਕੋਈ ਨਹੀਂ, ਕੋਈ ਗੱਲ ਨਹੀਂ, ਕੋਈ ਨਹੀਂ। ਸ਼ਾਹ ਕੋਟੀ ਸਾਹਿਬ, ਪਹਿਲਾਂ ਤਾਂ ਜਿਸ ਤਰੀਕੇ ਨਾਲ ਸ਼ੁਰੂਆਤ ਹੀ ਕੀਤੀ ਹੈ ਸੰਗੀਤ ਦੀ ਗੱਲ ਕਰ ਲਈਏ, ਕਿਉਂਕਿ
ਯੂਨੀਵਰਸਿਟੀ ਉਹ ਤੁਸੀਂ ਸੰਗੀਤ ਦੀ ਬਹੁਤ ਮਾਇਨਾਜ਼ ਹਸਤੀਆਂ ਮਾਇਨਾਜ਼ ਕਲਾਕਾਰ ਜਿਹੜੇ ਆ ਉਹ ਪੰਜਾਬੀ ਗਾਇਕੀ ਨੂੰ ਤੁਸੀਂ ਦਿੱਤੇ ਆ। ਇਸ ਵੇਲੇ ਜਿਹੋ ਜਿਹਾ ਸੰਗੀਤ ਤੁਸੀਂ ਦੇਖਦੇ ਹੋ ਸੁਣਦੇ ਹੋ ਟੀ ਵੀ ਚੈਨਲਸ ਦੇ ਉੱਤੇ ਜਾਂ ਜੋ ਕਹਿ ਸਕਦੇ ਪੋਪੂਲਰ ਸੰਗੀਤ ਜਿਹੜਾ ਇਸ ਵੇਲੇ ਪੰਜਾਬੀ ਦੇ ਵਿੱਚ ਹੈ ਉਹਨੂੰ ਦੇਖਦਿਆਂ ਹੋਇਆਂ ਤੁਹਾਨੂੰ ਕਿੱਦਾਂ ਦਾ ਅਹਿਸਾਸ ਹੁੰਦਾ? ਲੱਗਦਾ ਕਿ ਪੰਜਾਬੀ ਸੰਗੀਤ ਵਿਕਾਸ ਕਰ ਰਿਹਾ ਜਾਂ ਫਿਰ ਵਿਨਾਸ਼ ਵੱਲ ਨੂੰ ਜਾ ਰਿਹਾ? ਗੱਲ ਇੱਦਾਂ ਹੈ ਕਿ ਆਪਣੇ ਤੌਰ 'ਤੇ ਜਿਹੜਾ ਵੱਖੋ ਵੱਖ ਮਿਊਜ਼ਿਕ ਹੁੰਦਾ ਕੋਈ ਘੱਟ ਨਹੀਂ ਹੁੰਦਾ ਜੀ। ਦੁਨੀਆ ਦਾ ਸਾਰਾ ਮਿਊਜ਼ਿਕ ਇਹਨਾਂ ਸੱਤਾਂ ਸੁਰਾਂ ਵਿੱਚ ਹੀ ਹੈ। ਸੱਤ ਸੁਰ ਹੁੰਦੇ ਨੇ ਸਾਰੇ ਗਾਮਾ ਪਾ ਧਾ ਨੀ ਸਾ ਜੀ, ਅਤੇ ਪੰਜ ਜਿਹੜੇ ਹੁੰਦੇ ਆ ਸੁਰ ਉਹ ਸਹਾਇਕ ਹੁੰਦੇ ਨੇ, ਉਹਨਾਂ ਨੂੰ ਕੋਮਲ ਆਖਿਆ ਜਾਂਦਾ, ਅਤੇ ਉਹ 12 ਸੁਰ ਸਾਰੇ ਆ ਜੀ। ਜੇ ਤੁਸੀਂ ਅੰਗਰੇਜ਼ਾਂ ਦੀ ਵੀ ਗੱਲ ਕਰੋ ਜਿਹੜਾ ਵੈਸਟਰਨ ਮਿਊਜ਼ਿਕ ਹੈ ਅਤੇ ਉਹ ਵੀ ਇਹਨਾਂ 12 ਸੁਰਾਂ ਤੋਂ ਬਾਹਰ ਨਹੀਂ ਹੈਗਾ ਜੀ। ਉਹ ਵੀ ਇਹਦੇ ਨਾਲ ਮੈਂ ਕਿਸੇ ਨੂੰ ਮਾੜਾ ਨਹੀਂ ਕਦੇ ਕਹਿੰਦਾ, ਕਿਉਂਕਿ ਜਿਹੜਾ ਮਿਊਜ਼ਿਕ ਦੇ ਵਿੱਚ ਬੋਲਦਾ ਉਹ ਸੰਗੀਤ ਨਾਲ ਅਟੈਚਡ ਆ, ਉਹ ਸੰਗੀਤ ਨਾਲ ਰਿਲੇਟਡ ਹੈ, ਅਤੇ ਕਿਉਂਕਿ ਦੁਨੀਆ ਦਾ ਬਹੁਤ ਵੱਡਾ ਫਨਕਾਰ ਹੋਏ ਆ ਉਹਨਾਂ ਦੇ ਵੀ ਜਿਹੜੇ ਹੈਗੇ ਜੀ। ਹਾਂ ਵੀ ਇੱਦਾਂ ਕਿ ਮਿਊਜ਼ਿਕ ਨੂੰ ਰਲਾਉਣਾ ਨਹੀਂ ਚਾਹੀਦਾ, ਮਿਕਸ ਨਹੀਂ ਕਰਨਾ ਚਾਹੀਦਾ ਜੀ। ਅਤੇ ਬਾਕੀ ਆਪੋ ਆਪਣੇ ਸਾਰੇ ਠੀਕ ਹੈ, ਅਤੇ ਕਿਉਂਕਿ ਤੁਸੀਂ ਆਖੋ ਕਿ ਸ਼ੁਰੂ ਵਿੱਚ ਹੀ ਕੀ ਗੱਲ ਕਰ ਦਿੱਤੀ ਜੀ। ਗੱਲ ਇਹ ਹੈ ਕਿ ਮਾਈਕਲ ਜੈਕਸਨ ਵਰਗਾ ਕਲਾਕਾਰ ਪੈਦਾ ਥੋੜ੍ਹਾ ਹੋ ਸਕਦਾ ਜੀ। ਮੈਂ ਉਹਨਾਂ ਨੂੰ ਵੀ ਸੁਣਦਾ, ਬਹੁਤ ਸੁਣਿਆ ਉਹਨਾਂ ਨੂੰ ਜੀ। ਐਸੇ ਐਸੇ ਬ੍ਰਿਟਨੀ ਹਿਊਸਟਨ ਜਾਂ ਹੋਰ ਲੋਕ ਜਾਂ ਹੋਰ ਲੋਕ ਜਿਹੜੇ ਗਾਉਣ ਵਾਲੇ ਨੇ ਉਹ ਬਹੁਤ ਅੱਗੇ ਗਾਉਂਦੇ, ਜ਼ਿਆਦਾ ਗਾਉਂਦੇ ਨੇ, ਉਹ ਵੀ ਇਹਨਾਂ 12 ਸੁਰਾਂ ਵਿੱਚੋਂ ਇਹਨਾਂ 7 ਸੁਰਾਂ ਵਿੱਚੋਂ ਹੀ ਗਾਉਂਦੇ ਨੇ। ਗਿਟਾਰਿਸਟ ਉਹ ਇੰਨੇ ਤਕੜੇ ਹੁੰਦੇ ਨੇ, ਕਿਆ ਬਾਤ ਹੈ। ਬਾਕੀ ਇਹ ਗੱਲ ਹੈ ਕਿ ਜਦੋਂ ਜਿਹੜਾ ਨਿਰੋਲ ਪੰਜਾਬੀ ਸੰਗੀਤ ਹੈ ਜਦੋਂ ਇਹਨੂੰ ਖਰਾਬ ਕੋਈ ਕਰਦਾ ਤਾਂ ਫਿਰ ਉਹ ਗੱਲ ਠੀਕ ਨਹੀਂ ਹੈਗੀ, ਠੀਕ ਨਹੀਂ ਹੈਗੀ। ਮੇਰਾ ਸੰਦਰਭ ਇਹ ਵੀ ਸੀਗਾ ਕਿ ਜਦੋਂ ਪੂਰਨ ਸ਼ਾਹ ਕੋਟੀ ਗਾਉਂਦਾ ਆ ਮੇਰੀ ਗੋਦੜੀ ਦੇ ਵਿੱਚ ਲਾਲ, ਜਦੋਂ ਗਾਉਂਦਾ ਆ, ਜਦੋਂ ਉਹ ਆਵਾਜ਼ ਬੁਲੰਦ ਕਰਦਾ ਹੇਕ ਚੁੱਕਦਾ ਅਤੇ ਫਿਰ ਬਹੁਤੇ ਸਾਜ਼ਾਂ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ, ਉਹਦੀ ਗਾਇਕੀ ਜਿਹੜੀ ਆ ਉਹ ਇੱਕ ਆਪਣੇ ਆਪ ਵੱਖਰੇ ਤਰੀਕੇ ਦਾ ਸੰਗੀਤ ਜਿਹੜੀ ਆ ਉਹ ਪੈਦਾ ਕਰਦੀ ਆ। ਪਰ ਅੱਜ ਦੇ ਦੌਰ ਦੇ ਵਿੱਚ ਸਾਜ਼ਾਂ ਦਾ ਸ਼ੋਰ ਜਿਹੜਾ ਆ ਉਹ ਗਾਇਕੀ ਨੂੰ ਦਬਾ ਰਿਹਾ ਜਾਂ ਜਾਣ ਬੁੱਝ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਨਹੀਂ, ਇਹ 10-12 ਸਾਲ ਰਹਿੰਦਾ ਹਰ ਇੱਕ ਚੀਜ਼ ਦਾ ਮਤਲਬ ਜ਼ੋਰ। ਪਹਿਲੋਂ ਕਦੀ ਤੂੰਬੀ ਦਾ ਜ਼ੋਰ ਹੁੰਦਾ, ਤੂੰਬੀ ਨਾਲ ਲੋਕ ਗਾਉਂਦੇ ਰਹੇ 10-15 ਸਾਲ ਉਹਦਾ ਰਿਹਾ, ਫਿਰ ਹਾਰਮੋਨੀਅਮ ਤਬਲੇ ਤਬਲਾ ਜਿਹੜਾ ਉਹਦੇ ਨਾਲ ਗਾਉਂਦੇ, ਅਤੇ ਮੇਰੇ ਖਿਆਲ ਵਿੱਚ ਨੱਚਣ ਨੁੱਚਣ ਲਈ ਲੋਕ ਮਿਊਜ਼ਿਕ ਨੂੰ ਜ਼ਿਆਦਾ ਕਰਦੇ ਆ। ਵੈਸੇ ਜਿਹੜੇ ਰਵਾਇਤੀ ਸਾਜ਼ ਆ ਜਿਹੜਾ ਜਿਵੇਂ ਪੰਜਾਬੀ ਮਿਊਜ਼ਿਕ ਆ ਫੋਕ ਆ, ਫੋਕ ਦੇ ਨਾਲ ਤਾਂ ਫੋਕ ਸਾਜ਼ ਵੀ ਵੱਜਣੇ ਚਾਹੀਦੇ ਆ। ਜਿਵੇਂ ਵੈਸੇ ਤਾਂ ਜਿਹੜਾ ਹਾਰਮੋਨੀਅਮ ਆ ਇਹ ਵੀ ਇੰਡੀਅਨ ਸਾਜ਼ ਨਹੀਂ ਹੈਗਾ, ਇਹ ਵੀ ਬਾਹਰਲਾ ਹੀ ਆ ਸਾਜ਼, ਜਪਾਨੀ ਆ ਇਹ, ਅਤੇ ਪਰ ਫਿਰ ਵੀ ਉਹਨੂੰ ਆਪਾਂ ਪੰਜਾਬੀ ਮਿਊਜ਼ਿਕ ਦੇ ਨਾਲ ਉਹਨੂੰ ਪ੍ਰਧਾਨ ਸਾਜ਼ ਸਮਝਿਆ ਜਾਂਦਾ ਉਹ, ਅਤੇ ਉਹ ਢੋਲਕ ਤਬਲਾ। ਵੈਸੇ ਜਿਹੜੇ ਰਵਾਇਤੀ ਸਾਜ਼ ਆ ਉਹ ਸਾਰੰਗੀ ਹੈ ਅਤੇ ਬੰਸਰੀ ਹੈ, ਆਪਣਾ ਹੈਗਾ ਢੋਲਕ ਤਬਲਾ ਸਾਰੰਗੀ, ਆਪਣਾ ਹਾਰਮੋਨੀਅਮ ਤੂੰਬੀ ਚਿਮਟਾ ਢੱਡ, ਇੱਦਾਂ ਮਤਲਬ ਜਿਹੜੇ ਸਾਜ਼ ਹੈਗੇ ਅਸਲ 'ਚ ਹੈਗੇ। ਪਰ ਜਿਵੇਂ ਜਿਵੇਂ ਜ਼ਮਾਨਾ ਬਦਲਦਾ ਜਾਂਦਾ, ਜਿਵੇਂ ਤੁਸੀਂ ਟੈਕਨੋਲੋਜੀ ਬਦਲਦੀ ਹੈ, ਮੇਰਾ ਖਿਆਲ ਹੈ ਕਿ ਇਹ ਵੀ ਵੱਧ ਘੱਟ ਸਾਜ਼ ਹੁੰਦੇ ਰਹਿੰਦੇ ਆ। ਸਾਜ਼ ਵੱਧ ਘੱਟ ਹੁੰਦੇ ਰਹਿੰਦੇ ਟੈਕਨੋਲੋਜੀ ਦੇ ਨਾਲ। ਪਰ ਜਦੋਂ ਮੈਂ ਪੂਰਨ ਸ਼ਾਹ ਕੋਟੀ ਹੋਰਾਂ ਦੀ ਗਾਇਕੀ ਦੀ ਗੱਲ ਕਰਦਾ, ਮੈਂ ਮਾਣਿਆ ਆ, ਮੈਂ ਸੁਣਿਆ ਆ ਇਹਨਾਂ ਨੂੰ ਔਰ ਮਹਿਸੂਸ ਕੀਤਾ ਆ। ਇਕੱਲਾ ਸੁਣਨਾ ਨਹੀਂ ਹੁੰਦਾ, ਇਹਨਾਂ ਦੀ ਗਾਇਕੀ ਇਹੋ ਜਿਹੀ ਹੈ ਜਿਹੜੀ ਤੁਹਾਡੇ ਰੂਹ ਤੱਕ ਉਤਰਦੀ ਹੈ ਅਤੇ ਤੁਹਾਨੂੰ ਸਰਸ਼ਾਰ ਕਰਦੀ ਹੈ, ਤੁਹਾਡੇ ਕੰਨਾਂ ਨੂੰ ਕਦੀ ਵੀ ਚੁੱਭਦੀ ਜਾਂ ਖਲਦੀ ਨਜ਼ਰ ਨਹੀਂ ਆਉਂਦੀ। ਸਾਧਨਾ ਕਰਦੇ ਨੇ ਪੂਰਨ ਸ਼ਾਹ ਕੋਟੀ ਹੋਰੀ ਸੰਗੀਤ ਦੀ, ਇਨੀ ਦਿਨੀ ਲਗਭਗ ਜਿਹੜਾ ਉਹ ਆਰਾਮ ਦੇ ਵਿੱਚ ਹੋ ਤੁਸੀਂ, ਕੀ ਇਸ ਆਰਾਮ ਦੇ ਦੌਰ ਦੇ ਵਿੱਚ ਵੀ ਜਿਹੜਾ ਸੰਗੀਤ ਪੂਰਨ ਸ਼ਾਹ ਕੋਟੀ ਹੋਰਾਂ ਦੇ ਨਾਲ ਬਾਦਸਤੂਰ ਚੱਲ ਰਿਹਾ ਹੈ ਜਾਂ ਉਹਦੇ ਤੋਂ ਥੋੜ੍ਹਾ ਜਿਹਾ ਕਿਨਾਰਾ ਆ?
ਨਹੀਂ ਮੈਂ ਹੁਣ ਕੁਛ ਵੀ ਨਹੀਂ ਕਰਦਾ, ਹੁਣ ਤਾਂ ਮੈਂ ਮੇਰਾ ਥੋੜ੍ਹਾ ਸਿਹਤ ਨਹੀਂ ਠੀਕ ਰਹਿੰਦੀ ਅਤੇ ਮੇਰੇ ਹਾਰਟ ਦੀ ਪ੍ਰੋਬਲਮ ਸੀ ਮੈਨੂੰ ਅਤੇ ਉਹਦੇ ਸਟੈਂਟ ਸਟੁੰਟ ਪਏ ਹੋਇਆ ਤਾਂ ਜਾਂ ਹੋਰ ਮੈਂ ਇੱਦਾਂ ਸ਼ੂਗਰ ਸ਼ਾਗਰ ਹੋਰ ਬਿਮਾਰੀਆਂ ਨਾਲ ਬਜ਼ੁਰਗ ਉਮਰ ਦਾ ਵੀ ਤਕਾਜ਼ਾ ਹੈਗਾ ਕਿ ਉਮਰ ਵੀ ਮੇਰੀ ਹੈਗੀ ਤਾਂ ਮੈਂ ਕੁਛ ਨਹੀਂ ਕਰਦਾ ਹੁਣ ਤਾਂ। ਵੈਸੇ ਇਹ ਆ ਵੀ ਕੋਈ ਚੰਗਾ ਕਲਾਕਾਰ ਉਹਨੂੰ ਸੁਣ ਲੈਂਦਾ, ਇੱਦਾਂ ਇੱਦਾਂ ਮੇਰੇ ਬੇਟੇ ਹੈਗੇ ਦੋ, ਸਲੀਮ ਮਾਸਟਰ ਸਲੀਮ ਅਤੇ ਭੇਜੀ ਸ਼ਾਹਕੋਟੀ, ਉਹਨਾਂ ਨੇ ਮੈਨੂੰ ਬਹੁਤ ਕੁਛ ਇੱਥੇ ਮਿਊਜ਼ਿਕ ਵਾਸਤੇ ਸੁਣਨ ਵਾਸਤੇ ਲਿਆ ਕੇ ਦਿੱਤਾ ਕਿਉਂਕਿ ਰੂਹ ਤਾਂ ਮਰਦੀ ਨਹੀਂ ਅਤੇ ਉਹ ਸੁਣਦਾ ਰਹਿੰਦਾ ਮੈਂ ਚੰਗੇ ਕਲਾਕਾਰਾਂ ਨੂੰ। ਜੀ ਗੱਲ ਤੁਸੀਂ ਮੋਬਾਈਲ ਦੀ ਗੱਲ ਕੀਤੀ ਹੈ ਅਤੇ ਤੁਸੀਂ ਸੋਸ਼ਲ ਸਾਈਟਸ ਦੀ ਗੱਲ ਕੀਤੀ ਹੈ, ਥੋੜ੍ਹੇ ਸਮੇਂ ਤੋਂ ਉਸਤਾਦ ਪੂਰਨ ਸ਼ਾਹਕੋਟੀ ਹੋਰੀ ਵੀ ਥੋੜ੍ਹਾ ਜਿਹਾ ਐਕਟਿਵ ਨੇ ਸੋਸ਼ਲ ਮੀਡੀਆ ਦੇ ਉੱਤੇ, ਉਹਨਾਂ ਨੇ ਵੀ ਆਪਣਾ ਪੇਜ ਬਣਾਇਆ ਫੇਸਬੁੱਕ ਦੇ ਉੱਤੇ, ਉਹਦੇ ਉੱਤੇ ਵੀ ਵੀਡੀਓਜ਼ ਪੈ ਰਹੀਆਂ ਨੇ। ਨਹੀਂ ਮੈਂ ਨਹੀਂ ਬਣਾਇਆ ਪੇਜ ਜੀ, ਮੇਰਾ ਪੇਜ ਕਿਸੇ ਹੋਰ ਨੇ ਬਣਾਇਆ ਹੋਊਗਾ, ਮੈਨੂੰ ਤਾਂ ਪਤਾ ਨਹੀਂ ਇਹਦੇ ਬਾਰੇ ਜੀ ਵੀ ਪੇਜ ਕਿੱਦਾਂ ਬਣਾਈਦਾ ਕੀ ਕਰੀਦਾ। ਮੇਰੇ ਬੱਚੇ ਮੈਨੂੰ ਦੱਸ ਦਿੰਦੇ ਆ ਕਿ ਆਹ ਵੇਖੋ ਜੀ, ਆਹ ਸੁਣੋ ਜੀ, ਆ ਇੱਦਾਂ ਆ ਕਿਸੇ ਨੇ ਆ ਫੇਸਬੁੱਕ 'ਤੇ ਪਾਇਆ, ਯੂਟਿਊਬ 'ਤੇ ਪਾਇਆ, ਪਰ ਇਹ ਇੰਨੀ ਜ਼ਰੂਰ ਹੈਗੀ ਆ ਕਿ ਉਹਦੇ ਵਿੱਚ ਨਾਂ ਲੈ, ਇੱਕ ਨਾਂ ਲੈ ਕੇ ਵੀ ਹੈਗਾ, ਬੋਲ ਕੇ ਵੀ ਹੈਗਾ ਅਤੇ ਉਹ ਉੱਦਾਂ ਵੀ ਕੱਢ ਦਿੰਦੇ ਇੱਦਾਂ ਕਰਕੇ ਮੁੰਡੇ, ਅਤੇ ਉਹ ਜਿਹੜਾ ਮਰਜ਼ੀ ਫਨਕਾਰ ਸੁਣ ਸਕਦੇ ਹਾਂ ਅਸੀਂ, ਪੁਰਾਣੇ ਫਨਕਾਰ ਸੁਣ ਸਕਦੇ। ਬਿਲਕੁਲ, ਸੋਸ਼ਲ ਮੀਡੀਆ ਦਾ ਇੱਕ ਫਾਇਦਾ ਹੈਗਾ ਕਿਉਂਕਿ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਇੱਕ ਚੰਗਾ ਹੁੰਦਾ ਹੈ ਇੱਕ ਬੁਰਾ ਹੁੰਦਾ, ਤੁਸੀਂ ਕਿਸ ਨਜ਼ਰੀਏ ਨਾਲ ਕਿਸੇ ਵੀ ਚੀਜ਼ ਨੂੰ ਇਸਤੇਮਾਲ ਕਰਦੇ ਹੋ। ਸੋਸ਼ਲ ਮੀਡੀਆ ਨੂੰ ਜੇ ਸਕਾਰਾਤਮਕ ਤਰੀਕੇ ਨਾਲ ਇਸਤੇਮਾਲ ਕਰੋ ਤਾਂ ਬਹੁਤ ਕੁਝ ਉੱਥੋਂ ਗਿਆਨ ਵਰਧਕ ਵੀ ਮਿਲ ਜਾਂਦਾ, ਤੁਹਾਡੇ ਮਨੋਰੰਜਨ ਦੇ ਲਈ ਤੁਹਾਡੇ ਮਤਲਬ ਦਾ ਵੀ ਬਹੁਤ ਕੁਝ ਮਿਲ ਜਾਂਦਾ ਹੈ। ਸੋਸ਼ਲ ਮੀਡੀਆ ਦੀ ਗੱਲ ਚੱਲੀ ਹੈ ਅਤੇ ਸਲੀਮ ਹੋਰੀ ਵੀ ਖਾਸੇ ਐਕਟਿਵ ਨੇ ਸੋਸ਼ਲ ਮੀਡੀਆ 'ਤੇ ਔਰ ਕਈ ਵੀਡੀਓਜ਼ ਦੇ ਕਰਕੇ ਉਹਨਾਂ ਦੇ ਵਿਵਾਦ ਵੀ ਖੜ੍ਹੇ ਹੋਏ ਆ, ਕੀ ਉਹਨਾਂ ਦੇ ਵਿੱਚ ਤੁਸੀਂ ਕਦੀ ਸਲੀਮ ਹੋਰਾਂ ਨੂੰ ਕੋਈ ਇੰਸਟਰਕਸ਼ਨਸ ਵੀ ਦਿੱਤੀਆਂ ਨੇ, ਕਿਹਾ ਆ ਵੀ ਕਾਕਾ ਥੋੜ੍ਹਾ ਸੰਭਲ ਕੇ ਚੱਲਿਆ ਕਰੋ ਜਾਂ ਸੋਸ਼ਲ ਮੀਡੀਆ ਨੂੰ ਧਿਆਨ ਨਾਲ ਵਰਤਿਆ ਕਰੋ? ਨਹੀਂ, ਮੈਂ ਤਾਂ ਆਪਣੇ ਬੱਚਿਆਂ ਨੂੰ, ਹਰ ਜਿਹੜਾ ਬਜ਼ੁਰਗ ਹੁੰਦਾ, ਮਾਂ ਪਿਓ ਬਾਪ ਹੁੰਦੇ ਆ, ਉਹ ਉਹਨਾਂ ਨੂੰ ਆਉਂਦੇ ਹੀ ਆ ਵੀ ਬੇਟਾ ਬਚ ਕੇ ਹੁਣ ਕੋਈ ਵੀ ਗੱਲ ਤੁਸੀਂ ਕਰਦੇ ਹੋ ਉਹਦੇ ਵਾਸਤੇ ਉਹ ਫੈਲ ਜਾਂਦੀ ਲੋਕਾਂ ਵਿੱਚ, ਅੱਗੇ ਅੱਗੇ ਦੋ ਚਾਰ ਮਹੀਨਿਆਂ ਵਿੱਚ ਸਾਲਾਂ ਵਿੱਚ ਜਾਂਦੀ ਸੀ ਕਿਸੇ ਤੱਕ ਗੱਲ, ਹੁਣ ਤਾਂ ਉਦੋਂ ਚਲੇ ਜਾਂਦੀ। ਮੈਂ ਇੱਕ ਬਾਪ ਆਪਣੇ ਬਾਪ ਬੱਚਿਆਂ ਨੂੰ ਤਾਂ ਸਮਝਾਉਂਦਾ ਹੀ ਆ, ਪੁੱਤ ਕਾਹਨੂੰ ਕਿਸੇ ਦੇ ਗੱਲ ਕਰਨੀ ਖਿਲਾਫ, ਅਤੇ ਬਚ ਕੇ ਰਹਿਣਾ ਚਾਹੀਦਾ ਇਹ, ਕਿਉਂਕਿ ਇਹ ਜਿਹੜਾ ਮੀਡੀਆ ਹੈਗਾ, ਸੋਸ਼ਲ ਮੀਡੀਆ ਜਿਹਨੂੰ ਕਹਿੰਦੇ ਆ, ਇਹ ਵਧੀਆ ਵੀ ਬਹੁਤ ਹੈ ਅਤੇ ਖਤਰਨਾਕ ਵੀ ਬਹੁਤ ਹੈ ਜੀ, ਅਤੇ ਬਚ ਕੇ ਰਹਿਣਾ ਚਾਹੀਦਾ, ਸੋਹਣਾ ਬੋਲਣਾ ਚਾਹੀਦਾ ਜੀ। ਜੀ ਬਿਲਕੁਲ ਜੀ, ਖਤਰਨਾਕ ਬਹੁਤ ਜ਼ਿਆਦਾ ਹੈ ਕਿਉਂਕਿ ਗੱਲ ਬਹੁਤ ਛੇਤੀ ਫੈਲਦੀ ਹੈ, ਇਸ ਗੱਲ ਦਾ ਅਹਿਸਾਸ ਜਿਹੜਾ ਹੈ ਪੂਰਨ ਸ਼ਾਹਕੋਟੀ ਹੋਰੀ, ਉਸਤਾਦ ਪੂਰਨ ਸ਼ਾਹਕੋਟੀ ਹੋਰਾਂ ਨੂੰ ਵੀ ਹੈ ਜਿਹੜੇ ਇਸ ਵੇਲੇ ਸਾਡੇ ਨਾਲ ਇਸ ਸਮੇਂ ਗੱਲਬਾਤ ਕਰ ਰਿਹਾ। ਸ਼ਾਹਕੋਟੀ ਸਾਹਿਬ, ਬਹੁਤ ਸਾਰਾ ਤੁਸੀਂ ਆਪਣੀ ਜ਼ਿੰਦਗੀ ਦੇ ਬਾਰੇ ਦੱਸ ਚੁੱਕੇ, ਸ਼ਾਇਦ ਇਸੇ ਕਰਕੇ ਮੈਂ ਸਵਾਲਾਂ ਨੂੰ ਵੀ ਬਦਲ ਦਿੱਤਾ ਕਿਉਂਕਿ ਬਹੁਤ ਕੁਝ ਇਸ ਵੇਲੇ ਸੋਸ਼ਲ ਮੀਡੀਆ 'ਤੇ ਵੀ ਮਿਲ ਜਾਏਗਾ, ਵਿਕੀਪੀਡੀਆ 'ਤੇ ਵੀ ਤੁਹਾਡੇ ਵਾਸਤੇ ਬਹੁਤ ਕੁਝ ਮਿਲ ਜਾਏਗਾ ਕਿ ਕਿੱਦਾਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਆ, ਕਿਵੇਂ ਸੰਗੀਤ ਦੀ ਸ਼ੁਰੂਆਤ ਹੁੰਦੀ ਆ, ਕਿਵੇਂ ਤੁਸੀਂ ਪੜਾਅ ਦਰ ਪੜਾਅ ਜਿਹੜਾ ਆ ਉਹ ਮਰਹਲੇ ਤੈਅ ਕਰਦੇ ਹੋ, ਪਰ ਇੱਕ ਇਸ ਸਮੇਂ ਪੰਜਾਬੀ ਸੰਗੀਤ ਦੇ ਵਿੱਚ ਜਿਹੜਾ ਤੁਹਾਡਾ ਕੱਦ ਹੈ, ਜਿਹੜਾ ਤੁਹਾਡਾ ਮਿਆਰ ਹੈ, ਜਿੱਥੇ ਬੜੇ ਅਦਬ ਦੇ ਨਾਲ ਦੇਖਿਆ ਜਾਂਦਾ, ਨਾਮ ਲਿਆ ਜਾਂਦਾ ਉਸਤਾਦ ਪੂਰਨ ਸ਼ਾਹਕੋਟੀ ਹੋਰਾਂ ਦਾ, ਉਸ ਪਹਿਲੇ ਸਮੇਂ ਦੇ ਵਿੱਚ ਅਤੇ ਹੁਣ ਦੇ ਸਮੇਂ ਦੇ ਵਿੱਚ ਆਪਣੇ ਆਪ ਦੇ ਵਿੱਚ ਕੋਈ ਤਬਦੀਲੀ ਦੇਖਦੇ ਹੋ ਤੁਸੀਂ? ਸਮੇਂ ਦੇ ਨਾਲ ਬਦਲਦਾ ਤਾਂ ਹੈਗਾ ਸਭ ਕੁਛ, ਪਰ ਜਿਹੜੇ ਪਿਛਲੇ ਸਮੇਂ ਸੀ ਉਦੋਂ ਸਤਿਕਾਰ ਬਹੁਤ ਜ਼ਿਆਦਾ ਸੀਗਾ ਜੀ, ਲੋਕ ਬਹੁਤ ਪਿਆਰ ਕਰਦੇ ਸੀ ਇੱਕ ਦੂਜੇ ਨਾਲ, ਅਸੀਂ ਆਪਣੇ ਉਸਤਾਦਾਂ ਦਾ ਬੜਾ ਪਿਆਰ ਕਰਦੇ ਸੀ, ਉਸਤਾਦਾਂ ਤੋਂ ਇਲਾਵਾ ਵੀ ਕੋਈ ਵਧੀਆ ਗਾਉਣ ਵਾਲਾ ਜਾਂ ਜਿਹੜੇ ਬਜ਼ੁਰਗ ਲੋਕ ਆ, ਵੱਡੇ ਲੋਕ ਆ, ਉਹਨਾਂ ਦਾ ਪਿਆਰ ਕਰਦੇ ਸੀ। ਆਪਣੇ ਜਲੰਧਰ ਵਿੱਚ ਹਰਬਲਬ ਦਾ ਮੇਲਾ ਲੱਗਦਾ ਵਾ, ਉੱਥੇ ਕਲਾਸੀਕਲ ਦੇ ਲੋਕ ਆਉਂਦੇ ਨੇ, ਮਜੀਸ਼ੀਅਨ ਦੇ ਤੌਰ 'ਤੇ ਵੀ, ਮਤਲਬ ਸਾਜ਼ਾਂ ਦੇ ਤੌਰ 'ਤੇ ਵੀ ਅਤੇ ਗਾਇਕੀ ਦੇ ਤੌਰ 'ਤੇ ਵੀ, ਉਹਨਾਂ ਸਾਰਿਆਂ ਨੂੰ ਅਸੀਂ ਮਿਲਦੇ ਹਾਂ, ਸਲਾਮ ਕਰਦੇ ਹਾਂ, ਪਿਆਰ ਕਰਦੇ ਹਾਂ, ਅਤੇ ਉਹ ਬਹੁਤ ਪਹਿਲਾਂ ਸਤਿਕਾਰ ਉਹਦਾ ਜ਼ਿਆਦਾ ਸੀਗਾ, ਹੁਣ ਤਾਂ ਲੋਕ ਅੱਗੇ ਬਹੁਤ ਚਲੇ ਗਏ, ਜਿਹੜੀ ਕਿਸੇ ਬੰਦੇ ਤੋਂ ਨਹੀਂ ਮਿਲਦੀ ਚੀਜ਼ ਉਹ ਇਹਨਾਂ ਮਸ਼ੀਨਾਂ ਦੇ ਵਿੱਚੋਂ ਕੱਢ ਲੈਂਦੇ ਆ, ਆਹ ਗੱਲ ਆ।
ਜਾਣੀ ਕਿ ਤੁਹਾਡੇ ਕਹਿਣ ਦਾ ਮਤਲਬ ਕਿ ਹੁਣ ਉਸਤਾਦਾਂ ਦੀ ਜ਼ਰੂਰਤ ਨਹੀਂ ਅੱਜ ਕੱਲ੍ਹ ਦੇ ਗਵੱਈਆਂ ਨੂੰ, ਮਸ਼ੀਨ ਨੂੰ ਹੀ ਉਹ ਆਪਣਾ ਉਸਤਾਦ ਧਾਰ ਲੈਣ ਤਾਂ ਬੁੱਤਾ ਸਰ ਸਕਦਾ ਉਹਨਾਂ ਦਾ? ਪਰ ਉਸਤਾਦਾਂ ਦੀ ਜ਼ਰੂਰਤ ਤਾਂ ਹੈ ਹੀ ਹੈ, ਇਹ ਤਾਂ ਉਹਨਾਂ ਦੀ ਸੋਚ ਹੋ ਸਕਦੀ ਹੈ ਜਿੱਦਾਂ ਤੁਸੀਂ ਕਹਿੰਦੇ ਕਿ ਉਸਤਾਦ ਤੋਂ ਬਗੈਰ ਤਾਂ ਬਾਬੇ ਵਾਰਿਸ ਸ਼ਾਹ ਨੇ ਲਿਖਿਆ ਕਿ ਰਾਹ ਮੁਰਸ਼ਦਾਂ ਬਾਜ ਨਾ ਹੱਥ ਆਉਂਦੇ, ਦੁੱਧਾਂ ਬਾਜ ਨਾ ਰਿਜ ਦੀ ਖੀਰ ਮੀਆਂ। ਅਤੇ ਮੁਰਸ਼ਦਾਂ ਬਾਜ ਅਤੇ ਸਾ ਉਹਦੇ ਜਿਹੜੀਆਂ ਮਸ਼ੀਨਾਂ ਜਿਹੀਆਂ ਹੈਗੀਆਂ ਜੋ ਵੀ ਨਵੀਆਂ ਆਈਆਂ, ਟੈਕਨੋਲੋਜੀ ਜਿਹੜੀ ਨਵੀਂ ਆਈ, ਉਹ ਵੀ ਕੋਈ ਉਸਤਾਦ ਹੀ ਦੱਸੇ ਤਾਂ ਹੀ ਖੋਲ੍ਹ ਸਕਦਾ ਜੀ। ਤਾਂ ਆਪਣੇ ਆਪ ਤਾਂ ਪਤਾ ਨਹੀਂ ਨਾ ਲੱਗਦਾ ਕਿਸੇ ਗੱਲ ਦਾ। ਅਤੇ ਮਾਸਟਰ ਜਿਹੜਾ ਟੀਚਰ ਹੈ ਜਾਂ ਉਸਤਾਦ ਹੈ ਉਹ ਲਾਜ਼ਮ ਹੈ, ਉਹ ਤਾਂ ਕੋਈ ਵੀ ਜ਼ਮਾਨਾ ਆ ਜਾਵੇ ਉਹ ਤਾਂ ਜ਼ਰੂਰੀ ਬਹੁਤ ਆ। ਹਾਂ ਵੀ ਉਹਨਾਂ ਦੀ ਵੱਧ ਘੱਟ ਹੋ ਸਕਦੀ ਜ਼ਰੂਰਤ, ਵੀ ਉਹ ਵੀ ਉਹਨਾਂ ਦੀ ਹੁਣ ਜ਼ਰੂਰਤ ਥੋੜ੍ਹੀ ਜਿਹੀ ਘੱਟ ਆ ਜਾਂ ਵੱਧ, ਇੱਦਾਂ ਹੋ ਸਕਦਾ, ਵੈਸੇ ਲਾਜ਼ਮ ਹੈ ਇਹ, ਲਾਜ਼ਮ ਹੈ। ਔਰ ਪੂਰਨ ਸ਼ਾਹ ਕੋਟੀ ਹੋਰਾਂ ਨੇ ਵੀ ਇੱਕ ਪੂਰਾ ਕੁਨਵਾ ਕਹਿ ਸਕਦੇ ਵਸਾਇਆ ਹੋਇਆ ਸ਼ਾਗਿਰਦਾਂ ਦੀ ਇੱਕ ਲੰਬੀ ਫਹਿਰਿਸਤ ਹੈ, ਅਤੇ ਉਹਨਾਂ ਸ਼ਾਗਿਰਦਾਂ ਦੇ ਵਿੱਚ ਜੇ ਚੰਦ ਨਾਮ ਲਈਏ ਤਾਂ ਉਹ ਚੰਦ ਨਾਮ ਇਸ ਵੇਲੇ ਬੁਲੰਦੀਆਂ ਦੇ ਉੱਤੇ ਚਮਕਦੇ ਸਿਤਾਰੇ ਬਣੇ ਹੋਏ ਆ ਪੰਜਾਬੀ ਸੰਗੀਤ ਦੇ। ਸੋ ਜਦੋਂ ਤੁਸੀਂ ਆਪਣੇ ਸ਼ਾਗਿਰਦਾਂ ਨੂੰ ਦੇਖਦੇ ਹੋ ਅੱਜ ਦੇ ਦੌਰ ਦੇ ਮੁਤਾਬਕ, ਅੱਜ ਦੇ ਸ਼ਾਗਿਰਦਾਂ ਨੂੰ ਦੇਖਦੇ ਹੋ, ਅਤੇ ਤੁਹਾਨੂੰ ਲੱਗਦਾ ਕੋਈ ਫਰਕ ਹੋ? ਜਿਹੜੇ ਪਹਿਲੇ ਸ਼ਾਗਿਰਦ ਹੁੰਦੇ ਸੀਗੇ ਉਹ ਬਿਹਤਰ ਹੁੰਦੇ ਸੀਗੇ, ਅਤੇ ਅੱਜ ਕੱਲ੍ਹ ਦੇ ਸ਼ਾਗਿਰਦ ਸਿਰਫ ਮਤਲਬ ਤੱਕ ਸੀਮਤ ਨੇ, ਜਾਂ ਕੋਈ ਹੋਰ ਕੋਈ ਫਰਕ ਤੁਹਾਨੂੰ ਨਜ਼ਰ ਆਉਂਦਾ? ਗੱਲ ਇੱਦਾਂ ਵੀ ਕਿਸੇ ਨੂੰ ਮਾੜਾ ਤਾਂ ਆਖਿਆ ਨਹੀਂ ਜਾ ਸਕਦਾ, ਮੇਰੀ ਆਦਤ ਹੈ ਮੈਂ ਕਿਸੇ ਨੂੰ ਮਾੜਾ ਨਹੀਂ ਆਉਂਦਾ, ਪਰ ਜਿਹੜੇ ਮੇਰੇ ਸ਼ਾਗਿਰਦ ਆ ਉਹਨਾਂ ਨੇ ਮੇਰੀ ਬੜੀ ਇੱਜ਼ਤ ਕੀਤੀ ਹੈ। ਅਤੇ ਰਾਜ ਗਾਇਕ ਪਦਮ ਸ਼੍ਰੀ ਹੰਸ ਰਾਜ ਹੰਸ ਮੇਰੇ ਸ਼ਾਗਿਰਦ ਨੇ, ਉਹਨਾਂ ਨੇ ਮੇਰੀ ਬੜੀ ਇੱਜ਼ਤ ਕੀਤੀ, ਬੜਾ ਮੇਰਾ ਨਾਮ। ਅਤੇ ਜਸਵੀਰ ਜੱਸੀ ਉਹਨੇ ਮੇਰਾ ਬੜਾ ਨਾਮ ਕੀਤਾ, ਉਹਨੇ ਬੜਾ ਪਿਆਰ ਮੈਨੂੰ ਦਿੱਤਾ। ਅਤੇ ਇੱਕ ਸੁਰਗਵਾਸ ਹੋ ਗਏ ਨੇ ਸਾਬਰ ਕੋਟੀ, ਇੰਨਾ ਸੁਰੀਲਾ ਗਾਇਕ ਹੋ, ਇੰਨਾ ਬਹੁਤ ਜ਼ਿਆਦਾ ਅੱਛਾ ਗਾਉਣ ਵਾਲਾ, ਮੇਰੇ ਮੁਤਾਬਕ ਤਾਂ ਉਹ ਬਹੁਤ ਸੁਰੀਲਾ ਗਾਇਕ ਸੀਗਾ ਵਿਚਾਰਾ, ਉਹ ਧੱਕਾ ਰੱਬ ਨੇ ਕੀਤਾ ਉਹਨੂੰ ਛੋਟੀ ਉਮਰੇ ਉਹਨੂੰ ਲੈ ਗਏ। ਅਤੇ ਉਹਨਾਂ ਨੇ ਮੇਰੀ ਬਹੁਤ ਇੱਜ਼ਤ ਕੀਤੀ ਹੈ। ਜਿਹੜਾ ਸਲੀਮ ਅਤੇ ਪੇਜੀ ਸ਼ਾਹ ਕੋਟੀ ਮੇਰੇ ਦੋਵੇਂ ਬੇਟੇ ਆ, ਨਾਲੇ ਮੇਰੇ ਤੋਂ ਗਾਣਾ ਗੁਣਾ ਵੀ ਸਿੱਖਿਆ ਇਹਨਾਂ ਨੇ, ਅਤੇ ਇਹ ਮੇਰੀ ਬੜੀ ਇੱਜ਼ਤ ਕਰਦੇ ਆ। ਕੋਈ ਕਦੋਂ ਘੱਟ ਕੋਈ ਕਰਦਾ ਅੱਜ ਕੱਲ੍ਹ ਜਾਂ ਉਦੋਂ, ਇਹ ਨਹੀਂ ਹੁੰਦਾ। ਜਿਹੜਾ ਉਸਤਾਦ ਬਣਾ ਲਿਆ ਉਹ ਬਣਾ ਲਿਆ, ਬਸ ਉਹਦੀ ਤਾਂ ਇੱਜ਼ਤ ਕਰਨੀ ਹੈ। ਉਸਤਾਦ ਪਿਓ ਦੇ ਬਰਾਬਰ ਹੁੰਦਾ, ਮਾਪਾ ਹੁੰਦਾ ਉਹ ਵੀ। ਜੀ ਬਿਲਕੁਲ, ਗੱਲਬਾਤ ਦਾ ਸਿਲਸਿਲਾ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਣਾ, ਪਰ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ। ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਰਾਬਤਾ ਬਣਾਉਂਦੇ ਹਾਂ ਪ੍ਰੋਗਰਾਮ ਸੰਵਾਦ ਦੇ ਜ਼ਰੀਏ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੰਵਾਦ ਦੇ ਵਿੱਚ। ਇਸ ਵੇਲੇ ਅਸੀਂ ਗੱਲਬਾਤ ਕਰ ਰਹੇ ਹਾਂ ਉਸਤਾਦ ਪੂਰਨ ਸ਼ਾਹ ਕੋਟੀ ਜੀ ਹੋਰਾਂ ਦੇ ਨਾਲ। ਸਾਹ ਜੀ, ਇੱਕ ਚੀਜ਼ ਹੋਰ ਮੈਂ ਜਾਣਨੀ ਚਾਹੁੰਦਾ, ਉਤਸੁਕਤਾ ਆ, ਸ਼ਾਗਿਰਦਾਂ ਦੀ ਗੱਲ ਚੱਲੀ ਆ, ਇੱਕ ਲੰਬੀ ਫਹਿਰਿਸਤ ਆ ਔਰ ਚੰਗੇ ਜਾਣੇ ਪਹਿਚਾਣੇ ਚਿਹਰੇ ਵੀ ਆ ਉਸ ਫਹਿਰਿਸਤ ਦੇ ਵਿੱਚ, ਕੀ ਕਾਰਨ ਸੀਗਾ ਕਿ ਤੁਸੀਂ ਬਾਕੀਆਂ ਨੂੰ ਤਾਂ ਸੰਗੀਤ ਸਿਖਾਇਆ ਪਰ ਸ਼ਾਗਿਰਦ ਬਣਾਇਆ, ਪਰ ਜਦੋਂ ਆਪਣੇ ਬੇਟੇ ਦੀ ਵਾਰੀ ਆਈ ਆ ਤਾਂ ਫਿਰ ਤੁਸੀਂ ਉਹਨਾਂ ਨੂੰ ਕਿਹਾ ਕਿ ਨਹੀਂ ਇਹ ਮੇਰਾ ਸ਼ਾਗਿਰਦ ਨਹੀਂ ਹੋਏਗਾ, ਇਹ ਹੰਸਰਾਜ ਹੰਸ ਮੇਰੇ ਜਿਹੜੇ ਸ਼ਾਗਿਰਦ ਆ ਉਹਨਾਂ ਦੇ ਸ਼ਾਗਿਰਦ ਹੋਣਗੇ ਅੱਗੋਂ? ਕੀ ਇੱਦਾਂ ਲੱਗਦਾ ਸੀਗਾ ਕਿ ਪਿਓ ਹੋਣ ਦੇ ਨਾਤੇ ਕਿਤੇ ਮੋਹ ਵੀ ਜਾਗ ਸਕਦਾ, ਸਖਤੀ ਦੇ ਨਾਲ ਮੈਂ ਕੋਈ ਚੀਜ਼ ਨਹੀਂ ਸਿਖਾ ਪਾਵਾਂਗਾ ਅਤੇ ਉਹ ਹੰਸਰਾਜ ਹੰਸ ਹੋਰੀ ਉਸ ਤਰੀਕੇ ਨਾਲ ਸਿਖਾ ਸਕਦੇ ਆ, ਜਾਂ ਕੋਈ ਹੋਰ ਕਾਰਨ ਸੀ ਇਹਦਾ? ਨਹੀਂ, ਉਹ ਹੰਸ ਦਾ ਸਤਿਕਾਰ ਕਰਨਾ ਵੀ ਮੈਂ ਚਾਹੁੰਦਾ ਸੀਗਾ ਜੀ। ਅਤੇ ਵੈਸੇ ਵੀ ਹੰਸਰਾਜ ਹੰਸ ਬੜੇ ਮਚਿਓਰ ਕਲਾਕਾਰ ਆ, ਉਹਨਾਂ ਦਾ ਵੀ ਸਟੇਜ ਦੀਆਂ ਬਰੀਕੀਆਂ ਜਾਂ ਹੋਰ, ਸਲੀਮ ਉਦੋਂ ਬੱਚਾ ਸੀਗਾ ਅਤੇ ਉਹ ਇੱਦਾਂ ਵੀ ਕੀਤਾ ਵੀ ਮੈਂ ਉਹਨਾਂ ਦਾ ਉਸਤਾਦੀ ਸ਼ਾਗਿਰਦੀ ਵੀ ਹੋ ਗਈ ਕਰਾਈ। ਵੈਸੇ ਮੇਰੇ ਤੋਂ ਵੀ ਗਾਣਾ ਸਿੱਖਿਆ ਉਹਨੇ, ਉਹਨੇ ਤਾਂ ਉਸਤਾਦ ਬਾਕਰ ਹੁਸੈਨ ਖਾਨ ਸਾਹਿਬ ਜਿਹੜੇ ਮੇਰੇ ਗੁਰੂ ਜੀ ਆ ਉਹਨਾਂ ਤੋਂ ਵੀ ਗਾਣਾ ਸਿੱਖਿਆ। ਸਲੀਮ ਨੇ ਤਾਂ ਸਰਦੂਲ ਤੋਂ ਵੀ ਗਾਣਾ ਸਿੱਖਿਆ, ਸਾਬਰ ਕੋਟੀ ਤੋਂ ਵੀ ਗਾਣਾ ਸਿੱਖਿਆ। ਇਹ ਜਿਹੜਾ ਐਕਚੁਲੀ ਜਿਹੜਾ ਸਿੰਗਰ ਹੁੰਦਾ ਜਾਂ ਜਿਹੜਾ ਸਿੱਖਿਆਰਥੀ ਹੁੰਦਾ ਉਹ ਕੁਲੈਕਟਰ ਹੁੰਦਾ, ਜਿੱਥੋਂ ਮਿਲਦਾ ਜਾਵੇ ਉੱਥੋਂ ਕੁਲੈਕਟ ਕਰ ਲਈਦਾ। ਪਰ ਮੈਨੂੰ ਪਤਾ ਸੀ ਸਲੀਮ ਬਹੁਤ ਵੱਡਾ ਗਾਇਕ ਨਿਕਲਣਾ, ਬਹੁਤ ਅੱਛਾ ਗਾਇਕ ਨਿਕਲਣਾ, ਅਤੇ ਮੈਂ ਕਿਸੇ ਨੂੰ ਕਿਉਂ ਦੇਵਾਂ, ਅਤੇ ਇਸ ਕਰਕੇ ਅਸੀਂ ਆਪਣੇ ਘਰਾਨੇ ਵਿੱਚ ਹੀ ਉਹਨੂੰ ਰੱਖ ਲਿਆ। ਆਹ ਗੱਲ ਜੀ, ਕਿਉਂਕਿ ਰਸਮੀ ਤੌਰ 'ਤੇ ਜਿਹੜੀ ਉਸਤਾਦੀ ਸ਼ਾਗਿਰਦੀ ਆ ਸਲੀਮ ਹੋਰਾਂ ਨੇ ਜਿਹੜਾ ਉਹ ਹੰਸਰਾਜ ਹੰਸ ਹੋਰਾਂ ਨਾਲ ਕੀਤੀ ਆ, ਸਿੱਖ ਦਾ ਤਾਂ ਰਹਿੰਦਾ ਆ ਬੰਦਾ। ਮੈਂ
ਉਸਤਾਦ ਪੂਰਨ ਸ਼ਾਹ ਕੋਟੀ ਹੋਰਾਂ ਦੇ ਕਰੀਬ ਬੈਠਾ ਅਤੇ ਮੈਂ ਵੀ ਹੌਲੀ ਹੌਲੀ ਬਹੁਤ ਕੁਝ ਸਿੱਖਣ ਦੀ ਕੋਸ਼ਿਸ਼ ਕਰ ਰਿਹਾ। ਹਾਲਾਂਕਿ ਮੈਂ ਸੰਗੀਤ ਦੇ ਵਿੱਚ ਨਹੀਂ, ਪਰ ਉਹਨਾਂ ਦੇ ਗੱਲ ਕਰਨ ਦੇ ਜਜ਼ਬੇ, ਤਰੀਕੇ ਔਰ ਨੁਕਤਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨੋਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਮੇਰੀ ਬਾਣੀ ਜਿਹੜੀ ਆ ਉਹਦੇ ਵਿੱਚ ਵੀ ਜਿਹੜੀ ਮਿਠਾਸ ਅਤੇ ਸ਼ੁੱਧਤਾ ਆ ਸਕੇ, ਜਿਸ ਤਰੀਕੇ ਨਾਲ ਉਹਨਾਂ ਦੀ ਬਾਣੀ ਦੇ ਵਿੱਚ ਇਸ ਸਮੇਂ ਮੈਨੂੰ ਮਿਠਾਸ ਜਿਹੜੀ ਆ ਉਹ ਨਜ਼ਰ ਆ ਰਹੀ ਹੈ। ਜਦੋਂ ਉਸਤਾਦ ਪੂਰਨ ਸ਼ਾਹ ਕੋਟੀ ਹੋਰੀ ਵਜਦ ਦੇ ਵਿੱਚ ਆਉਂਦੇ ਨੇ, ਉਹ ਕਿਹੜੇ ਚੰਦ ਗੀਤ ਨੇ, ਉਹ ਕਿਹੜੇ ਚੰਦ ਨਗਮੇ ਨੇ ਜਿਹਨਾਂ ਨੂੰ ਅਕਸਰ ਗੁਣਗੁਣਾਉਂਦੇ ਨੇ ਜਦੋਂ ਵੀ ਕਿਤੇ ਵਜਦ ਦੇ ਵਿੱਚ ਆਉਂਦੇ ਨੇ? ਓ ਰੱਬਾ ਮੇਰੇ ਹਾਲ ਤਾਂ ਮਹਿਰਮ, ਤੂੰ ਮੇਰੇ ਤੋਂ ਗਾਹ ਨਹੀਂ ਹੁੰਦਾ ਜੀ। ਅਤੇ ਮੈਂ ਸੂਫੀ ਸ਼ਾਇਰਾਂ ਨੂੰ ਜ਼ਿਆਦਾ ਗਾਇਆ, ਅਤੇ ਅੱਜ ਦੇ ਜਿਹੜੇ ਸ਼ਾਇਰ ਆ ਉਹ ਵੀ ਉਸ ਪੱਧਰ ਦਾ ਲਿਖਣ ਤੋਂ ਵੀ ਸੂਫੀ ਸ਼ਾਇਰ ਆ। ਸੂਫੀ ਸ਼ਾਇਰ ਇਹ ਨਹੀਂ ਵੀ ਜਿਹੜੇ ਉਸ ਸਦੀ ਵਿੱਚ ਉਦੋਂ ਉਸ ਜ਼ਮਾਨੇ 'ਚ ਪੈਦਾ ਹੋਏ ਉਹੀ ਸੂਫੀ ਸ਼ਾਇਰ ਆ, ਨਹੀਂ ਅੱਜ ਵੀ ਕੋਈ ਉਸ ਲੈਵਲ ਦਾ ਲਿਖੇ, ਉਸ ਪੱਧਰ ਦਾ ਲਿਖੇ ਅਤੇ ਉਹ ਵੀ ਸੂਫੀ ਸ਼ਾਇਰ ਆ। ਅਤੇ ਮੈਂ ਚੰਗਾ ਜਿਵੇਂ ਸ਼ਿਵ ਬਟਾਲਵੀ ਸਾਹਿਬ ਨੂੰ ਗਾਉਂਦਾ ਰਿਹਾ, ਨਾਲੇ ਉਹਨਾਂ ਨੂੰ ਪੜ੍ਹਦਾ ਸੁਣਦਾ ਉਹਨਾਂ ਨੂੰ ਮੈਂ ਜ਼ਿਆਦਾ ਹੈਗਾ। ਅਤੇ ਸ਼ਿਵ ਬਟਾਲਵੀ ਸਾਹਿਬ, ਸੁਰਜੀਤ ਰਾਮਪੁਰੀ, ਅਤੇ ਇੱਕ ਹੋਰ ਸੁਰਜੀਤ ਪਾਤਰ ਸਾਹਿਬ, ਜਿਹੜੇ ਹੋਰ ਵੱਡੇ ਲੋਕ ਜਿਹੜੇ ਆ ਅੱਜ ਕੱਲ੍ਹ ਵੀ ਜਿਹੜੇ ਲਿਖਦੇ ਨੇ ਉਹਨਾਂ ਨੂੰ ਸਲਾਮ ਆ ਮੇਰਾ। ਜਿਹੜੇ ਵੈਸੇ ਮੇਰਾ ਟੇਸਟ ਇੱਦਾਂ ਨਾ ਸਟੈਂਡਰਡ ਦਾ ਹੀ ਰਿਹਾ, ਚੰਗਾ ਚੰਗੇ ਲੋਕਾਂ ਨੂੰ ਮੈਂ ਗਾਉਂਦਾ ਰਿਹਾ ਅਤੇ ਉਹਨਾਂ ਨੂੰ ਸੁਣਦਾ ਰਿਹਾ। ਅਤੇ ਜੇ ਕੋਈ ਇਹਦੇ ਇਸ ਮਾਮਲੇ ਵਿੱਚ ਮੈਨੂੰ ਸੁਣ ਕੇ ਪੈਸੇ ਨਾ ਦੇਵੇ ਤਾਂ ਮੈਂ ਪੈਸੇ ਨਹੀਂ ਲੈਂਦਾ। ਮੈਂ ਆਪਣਾ ਹੀ ਆਪਣੀ ਮਰਜ਼ੀ ਕੀਤੀ ਹੈ ਜ਼ਿੰਦਗੀ 'ਚ, ਆਪਣੇ ਜਿਹੜਾ ਚੁਣਨ ਹੈਗਾ, ਚੁਣਨ ਦਾ ਸਿਲਸਿਲਾ ਇਹ ਮੈਂ ਆਪਣੀ ਮਰਜ਼ੀ ਨਾਲ ਕੀਤਾ, ਜੋ ਮੈਨੂੰ ਚੰਗਾ ਲੱਗਦਾ ਸੀ। ਜਾਂ ਮੇਰੇ ਜਿਹੜੇ ਬਜ਼ੁਰਗ ਸੀਗੇ, ਮੇਰੇ ਦਾਦਾ ਜੀ ਦਾ ਨਾਂ ਸੀ ਬਾਬਾ ਸਰਦਾਰਾ, ਮੇਰੇ ਪਿਤਾ ਜੀ ਦਾ ਨਾਂ ਸਾਈ ਨਿਰੰਜਨ ਦਾਸ, ਅਤੇ ਉਹ ਲੋਕ ਜਿਹੜੇ ਆ ਬਹੁਤ ਅੱਛਾ, ਮਤਲਬ ਉਹਨਾਂ ਕੋਲ ਵੀ ਪੁਰਾਣੇ ਕਲਾਮ ਸੀਗੇ। ਜਿਵੇਂ ਇੱਕ ਮੇਰੇ ਬਾਬਾ ਜੀ ਨੇ ਮੈਨੂੰ ਦੱਸਿਆ ਕਿ ਦੋ ਰੋਟੀਆਂ ਅਤੇ ਇੱਕ ਗੰਢੜਾ ਨਹੀਂ ਮਾਏ, ਪਾਲੀ ਰੱਖਣਾ ਕਿ ਨਾ ਏ, ਅਤੇ ਖੜੀ ਹੋ ਕੇ ਗੱਲ ਸੁਣ ਜਾ, ਤੇਰੇ ਮਗਰ ਕਿਸੇ ਨਹੀਂ ਆਉਣਾ, ਦੀਨੇ ਕਵਾਲ ਦਾ, ਜਾਂ ਇੱਦਾਂ ਜਿਵੇਂ ਵੱਡੇ ਲੋਕ ਕਰਦੇ। ਮੈਂ ਐਕਚੁਲੀ ਉਹਨਾਂ ਤੋਂ ਸਿੱਖ ਕੇ ਗਾਣਾ ਸ਼ੁਰੂ ਕੀਤਾ ਸੀਗਾ ਆਪਣੇ ਬਜ਼ੁਰਗਾਂ ਤੋਂ। ਅਤੇ ਵੈਸੇ ਰਵਾਇਤੀ ਤੌਰ 'ਤੇ ਜਿਹੜੇ ਮੇਰੇ ਉਸਤਾਦ ਆ, ਉਸਤਾਦ ਬਾਕਰ ਹੁਸੈਨ ਖਾਨ ਸਾਹਿਬ ਹੈਗੇ, ਉਹ ਤਾਂ ਕਲਾਸੀਕਲ ਗਾਉਂਦੇ ਸੀ। ਉਹਨਾਂ ਤੋਂ ਮੈਂ ਜ਼ਿਆਦਾ ਸਿੱਖ ਨਹੀਂ ਸਕਿਆ ਮੈਂ, ਕਿਉਂਕਿ ਮੈਂ ਪੰਜਾਬੀ ਵੱਲ ਨੂੰ ਮੋੜ ਕੱਟ ਗਿਆ ਜ਼ਿਆਦਾ, ਉਹ ਕਲਾਸੀਕਲ ਗਾਉਂਦੇ ਸੀ। ਅਤੇ ਵੈਸੇ ਸੁਰ ਸੰਗੀਤ ਜਿਹੜੀ ਹੈ ਨਾ, ਸੁਰ ਸਾਧਨਾ ਮੈਨੂੰ ਉਹਨਾਂ ਨੇ ਦੱਸੀ ਆ ਜੀ। ਗੱਲ ਜੇ ਕਰੀਏ ਉਸਤਾਦ ਪੂਰਨ ਸ਼ਾਹ ਕੋਟੀ ਹੋਰਾਂ ਦੀ, ਅਤੇ ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਇਹ ਸੁਣਦੇ ਹਾਂ ਕਿ ਪੂਰਨ ਸ਼ਾਹ ਕੋਟੀ ਹੋਰਾਂ ਦੇ ਬਹੁਤੇ ਰਿਕਾਰਡ ਨਹੀਂ ਆਏ, ਉਹਨਾਂ ਦੀਆਂ ਕੈਸੈਟਸ ਜਿਹੜੀਆਂ ਉਹ ਰਿਕਾਰਡ ਨਹੀਂ ਹੋਈਆਂ, ਇੱਕ ਆਦ ਜਿਹੜਾ ਤਵਾ ਜਿਹਨੂੰ ਕਹਿੰਦੇ ਹਾਂ ਆਪਾਂ, ਉਹ ਰਿਕਾਰਡ ਹੋਇਆ ਸੀ ਸ਼ਾਇਦ ਪਹਿਲੇ ਸਮਿਆਂ ਦੇ ਵਿੱਚ, ਅਤੇ ਉਸ ਤੋਂ ਬਾਅਦ ਇੱਕ ਮਲਟੀ ਨੰਬਰ ਐਲਬਮ ਆਈ ਸੀਗੀ ਉਹਦੇ ਵਿੱਚ ਰਿਕਾਰਡ ਆਏ ਸੀਗੇ। ਅੱਜ ਕੱਲ੍ਹ ਦੇ ਸਿੰਗਰ ਪੁੱਛਦੇ ਨਹੀਂ ਆ ਕਿ ਤੁਹਾਡੇ ਬਹੁਤ ਸਾਰੇ ਰਿਕਾਰਡ ਵੀ ਨਹੀਂ ਆਏ, ਤੁਸੀਂ ਬਹੁਤ ਸਾਰੀਆਂ ਕੈਸੈਟਸ ਐਲਬਮ ਵੀ ਨਹੀਂ ਕੱਢੀਆਂ, ਬਾਵਜੂਦ ਇਸ ਦੇ ਤੁਸੀਂ ਇਸ ਵੇਲੇ ਬੁਲੰਦੀਆਂ 'ਤੇ ਉਹ ਤੁਹਾਨੂੰ ਜਾਣਦੇ ਨੇ, ਪਹਿਚਾਣਦੇ ਨੇ ਲੋਕ, ਅਤੇ ਇੱਧਰ ਲੋਕ ਲੱਖਾਂ ਰੁਪਈਆ ਖਰਚ ਕਰ ਦਿੰਦੇ ਨੇ ਐਲਬਮਸ ਬਣਾਉਣ ਦੇ ਉੱਤੇ, ਵੀਡੀਓਜ਼ ਬਣਾਉਣ ਦੇ ਉੱਤੇ, ਅਤੇ ਤਾਂ ਵੀ ਕਈ ਵਾਰੀ ਬੇਪਛਾਣੇ ਰਹਿ ਜਾਂਦੇ ਆ, ਉਹ ਅਚੰਭਿਤ ਹੋਏ ਤੁਹਾਡੇ ਕੋਲ ਸਵਾਲ ਨਹੀਂ ਕਦੀ ਕਰਦੇ ਨਵੇਂ ਕਲਾਕਾਰ ਜਿਹੜੇ? ਉਹ ਮੇਰਾ ਖਿਆਲ, ਮੇਰੀ ਸੋਚ ਇੱਦਾਂ ਕਿ ਸ਼ਾਇਦ ਇਹੋ ਹੀ ਗੱਲ ਆ ਕਿ ਮੇਰੇ ਸ਼ਾਗਿਰਦ ਬੜੇ ਕਾਮਯਾਬ ਹੋਏ, ਇੱਕ ਤਾਂ ਮੇਰੇ ਬੇਟੇ ਬੜੇ ਕਾਮਯਾਬ ਹੋਏ, ਸਲੀਮ ਅਤੇ ਭੇਜੀ, ਤਾਂ ਇਸ ਜ਼ਿੱਦ ਨੇ ਮੈਨੂੰ ਕਿ ਮੈਂ ਚੰਗਾ ਹੀ ਗਾਉਣਾ ਜੀ। ਇਹ ਜਿਹੜਾ ਮੈਂ ਚੰਗਾ ਗਾਉਣਾ ਆਖਿਆ, ਇਹਨੇ ਮੈਨੂੰ ਉਸਤਾਦ ਬਣਾਇਆ ਜੀ। ਅਤੇ ਇਹੋ ਹੀ ਮੇਰਾ ਖਿਆਲ, ਇਹੋ ਹੀ ਸਾਰੀ ਗੱਲ ਆ ਜੀ। ਅਤੇ ਕਿਉਂਕਿ ਮੈਂ ਉਹ ਗਾਇਆ, ਉਹ ਗਾਉਣਾ ਚਾਹਿਆ, ਉਹ ਪਸੰਦ ਕੀਤਾ, ਜਿਹੜਾ ਇੱਦਾਂ ਹੈਗਾ ਕਿ ਮੈਂ ਪੈਸੇ ਮਗਰ ਦੌੜ ਨਹੀਂ ਲਾਈ। ਅਤੇ ਅੱਜ ਕੱਲ੍ਹ ਦੇ ਵੀ ਲੋਕਾਂ ਨੂੰ ਮੈਂ ਇਹੋ ਹੀ ਕਹਿੰਦਾ ਵੀ ਚੰਗਾ ਗਾਓ, ਚੰਗਾ ਸੁਣੋ, ਵਧੀਆ ਕਰੋ। ਪੈਸਾ ਖਰਚ ਕਰਨ ਦਾ ਕੀ ਮਤਲਬ ਹੈ? ਜਿਹੜੀ ਪਾਪੂਲਰਿਟੀ ਤਾਂ ਸ਼ੋਹਰਤ ਹੈ ਨਾ, ਉਹ ਤਾਂ ਚੰਗੀਆਂ ਗੱਲਾਂ ਵਿੱਚ ਜਦੋਂ ਹੁੰਦੀ ਆ ਉਹ ਚਿਰ ਤੱਕ ਰਹਿੰਦੀ ਆ, ਅਤੇ ਜਿਹੜੀ ਉੱਦਾਂ ਸ਼ੋਹਰਤ ਹੈ ਜਿਹੜੀ ਥੋੜ੍ਹੇ ਜਿਹੇ ਪੈਸੇ ਖਰਚ ਕਰਕੇ ਮਿਲ ਜਾਂਦੀ ਆ ਜਾਂ ਇੱਦਾਂ, ਉਹ ਮੇਰਾ ਖਿਆਲ ਥੋੜ੍ਹਾ ਚਿਰ ਵਾਸਤੇ ਰਹਿੰਦੀ ਹੈ। ਅਤੇ ਮੈਂ
ਜ਼ਿਆਦਾ ਇਹੋ ਹੀ ਸਮਝਦਾ ਕਿ ਮੇਰੇ ਜਿਹੜੇ ਮੇਰਾ ਮੈਂ ਸੰਘਰਸ਼ ਕਰਦਾ ਸੀ ਗਾਣੇ ਦੇ ਮਾਮਲੇ 'ਚ, ਅਤੇ ਜਿਹੜੇ ਸ਼ਾਗਿਰਦਾਂ ਨੇ ਨਾਲ ਨਾਲ ਮੇਰੇ ਉਹ ਵੀ ਸੰਘਰਸ਼ ਕਰਦੇ ਰਹੇ, ਨਾਲ ਤੁਰੇ ਫਿਰਦੇ ਰਹੇ, ਉਹਨਾਂ ਦੀ ਵਜ੍ਹਾ ਨਾਲ ਮੇਰੀ ਪਾਪੂਲੈਰਿਟੀ ਹੋ ਗਈ। ਬਾਕੀ ਲੋਕ ਪੈਸੇ ਨਾਲ ਵੀ ਕਰਦੇ ਆ, ਮੈਂ ਨਹੀਂ, ਮੇਰੇ ਕੋਲ ਪੈਸੇ ਹੈ ਹੀ ਨਹੀਂ ਸੀ, ਮੈਂ ਕੀ ਕਰਨੀ ਸੀ, ਮੈਂ ਉੱਦਾਂ ਹੀ ਇੱਦਾਂ ਹੀ ਰੱਬ ਨੇ ਪਸੰਦ। ਇੱਕ ਮੇਰੇ ਹੋਰ ਇੱਕ ਬਹੁਤ ਵੱਡਾ ਹੱਥ ਆ ਬਾਬਾ ਲਾਡੀ ਸ਼ਾਹ ਸਰਕਾਰ, ਬਾਬਾ ਮੁਰਾਦ ਸ਼ਾਹ ਨਕੋਦਰ ਵਾਲੇ ਜਿਹੜੇ ਆ, ਉਹਨਾਂ ਦਾ ਬੜਾ ਹੱਥ। ਮੈਂ ਉਹਨਾਂ ਨੂੰ 14 ਸਾਲ ਗਾਣਾ ਸੁਣਾਇਆ, ਉਹਨਾਂ ਦੇ ਨਾਲ ਹੀ ਰਹਿੰਦਾ ਸੀ, ਉਹਨਾਂ ਨੂੰ ਗਾਉਣਾ ਸੁਣਾਇਆ ਸੀ। ਸ਼ਾਇਦ ਹੋ ਸਕਦਾ ਇੱਦਾਂ ਉਹਨਾਂ ਦੀ ਰਹਿਮਤ ਹੋਵੇ, ਉਹਨਾਂ ਦੀ ਰਹਿਮਤ ਤੁਹਾਨੂੰ ਜਿਹੜੀ ਆ ਮਹਿਸੂਸ ਹੁੰਦੀ ਆ। ਸ਼ਾਗਿਰਦ ਬਹੁਤ ਸਾਰੇ ਨੇ, ਤੁਸੀਂ ਕਹਿੰਦੇ ਕਿ ਉਹ ਪਾਪੂਲਰ ਹੋਏ ਅਤੇ ਉਹਨਾਂ ਦੇ ਨਾਲ ਤੁਹਾਡਾ ਵੀ ਨਾਮ ਹੋਇਆ, ਕੀ ਲੱਗਦਾ ਤੁਹਾਨੂੰ ਉਸਤਾਦ ਜੀ ਕਿ ਉਸਤਾਦ ਪੂਰਨ ਸ਼ਾਹ ਕੋਟੀ ਹੋਰਾਂ ਦਾ ਨਾਮ ਉਸਤਾਦਾਂ ਦਾ ਕਰਕੇ ਆ, ਜਾਂ ਇਹਨਾਂ ਸ਼ਾਗਿਰਦਾਂ ਦਾ ਕਰਕੇ, ਜਾਂ ਇਹ ਜਿਹੜੇ ਸ਼ਾਗਿਰਦ ਆ ਉਹਨਾਂ ਦਾ ਨਾਮ ਪੂਰਨ ਸ਼ਾਹ ਕੋਟੀ ਹੋਰਾਂ ਦਾ ਕਰਕੇ? ਦੋਵੇਂ ਚੀਜ਼ਾਂ ਦੋਵੇਂ ਰਲ ਮਿਲ ਕੇ ਹੁੰਦੀਆਂ। ਮੇਰੀ ਵਜ੍ਹਾ ਨਾਲ ਹੋ ਸਕਦਾ ਉਹਨਾਂ ਦਾ ਵੀ ਨਾਮ ਬਹੁਤ ਹੋਇਆ, ਅਤੇ ਉਹਨਾਂ ਦੀ ਵਜ੍ਹਾ ਨਾਲ ਮੇਰਾ ਵੀ ਦੇਸ਼ ਵਿਦੇਸ਼ ਵਿੱਚ ਨਾਮ ਬਹੁਤ ਹੋਇਆ। ਇੱਕ ਚੀਜ਼ ਹੋਰ, ਮੈਨੂੰ ਹਮੇਸ਼ਾ ਇਸ ਚੀਜ਼ ਦੀ ਜਿਹੜੀ ਜਾਣਨ ਦੀ ਲਾਲਸਾ ਵੀ ਰਹੀ ਆ, ਜਾਂ ਫਿਰ ਇਹ ਮੈਂ ਚਾਹੁੰਦਾ ਵੀ ਆ ਇਸ ਤਰੀਕੇ ਨਾਲ ਹੋਵੇ, ਕਿਉਂਕਿ ਅਸੀਂ ਜਦੋਂ ਇਦੂ ਸ਼ਰੀਫ ਹੋਰਾਂ ਨੂੰ ਆਖਰੀ ਸਮੇਂ ਦੇ ਵਿੱਚ ਦੇਖਦੇ ਹਾਂ, ਜਿੱਦਾਂ ਦੀਆਂ ਪ੍ਰਸਥਿਤੀਆਂ ਦੇ ਵਿੱਚ ਉਹਨਾਂ ਨੂੰ ਗੁਜ਼ਰਨਾ ਪਿਆ, ਹੋਰ ਬਹੁਤ ਸਾਰੇ ਮਾਇਨਾਜ਼ ਕਲਾਕਾਰ ਜਿਨ੍ਹਾਂ ਦਾ ਡੰਕਾ ਬੋਲਦਾ ਸੀਗਾ, ਜਿਨ੍ਹਾਂ ਦੇ ਅੰਦਰ ਸੁਰ ਸੀ, ਜਿਨ੍ਹਾਂ ਨੇ ਸਾਧਨਾ ਕੀਤੀ ਹੋਈ ਸੀਗੀ, ਉਹ ਜਦੋਂ ਆਖਰੀ ਸਮੇਂ 'ਤੇ ਆਉਂਦੇ ਆ ਅਤੇ ਉਹ ਸਮਾਂ ਬੜਾ ਅਜੀਬੋ ਗਰੀਬ ਹੁੰਦਾ, ਬੜਾ ਗੁਰਬਤ ਵਾਲਾ ਸਮਾਂ ਗੁਜ਼ਰਦਾ ਉਹਨਾਂ ਦਾ ਨਜ਼ਰ ਆਉਂਦਾ ਆ। ਚੰਗੀ ਗੱਲ ਹੈ, ਰਹਿਮਤ ਹੈ ਕਹਿ ਸਕਦੇ ਕਿ ਜਿਵੇਂ ਤੁਸੀਂ ਕਹਿੰਦੇ ਹੋ ਕਿ ਪੀਰਾਂ ਦੀ ਰਹਿਮਤ ਹੈ, ਰਹਿਮਤ ਹੈ ਕਿ ਤੁਹਾਡੇ ਕੋਲ ਤੁਹਾਡੇ ਦੋ ਬੇਟੇ ਆ, ਉਹਨਾਂ ਦਾ ਚੰਗਾ ਨਾਮ ਹੈ, ਚੰਗਾ ਕਮਾਉਂਦੇ ਆ, ਤੁਹਾਡੇ ਵਾਸਤੇ ਹਰ ਸੁਵਿਧਾ ਜਿਹੜੀ ਆ ਉਹ ਉਪਲਬਧ ਕਰਵਾ ਰਿਹਾ। ਤੁਹਾਨੂੰ ਲੱਗਦਾ ਕਿ ਸਰਕਾਰਾਂ ਨੂੰ ਕੁਝ ਨਾ ਕੁਝ ਇਹੋ ਜਿਹਾ ਜ਼ਰੂਰ ਕਰਨਾ ਚਾਹੀਦਾ ਜਿਹਦੇ ਨਾਲ ਉਹ ਹਸਤੀਆਂ, ਉਹ ਕਲਾਕਾਰ ਜਿਹੜੇ ਅਖੀਰੀ ਵਕਤ ਦੇ ਵਿੱਚ ਇੰਝ ਗੁਰਬਤ ਦੇ ਵਿੱਚ ਨਜ਼ਰ ਆਉਂਦੇ ਆ, ਉਹਨਾਂ ਦਾ ਘੱਟੋ ਘੱਟ ਜਿਹੜਾ ਆਖਰੀ ਸਮਾਂ ਕੁਝ ਸੁਖਾਵਾਂ ਨਿਕਲ ਸਕੇ? ਇਹ ਜਿੰਨਾ ਚਿਕਰ ਸਰਕਾਰਾਂ ਨਾ ਕਰਨ ਉਹਨਾਂ ਚਿਕਰ ਤਾਂ ਇਹ ਇੱਦਾਂ ਹੀ ਰਹਿਣਾ, ਕਿਉਂਕਿ ਬਹੁਤ ਵੱਡੇ ਕਲਾਕਾਰ ਜਿਹੜੇ ਸਿਰਮੋਰ ਪੰਜਾਬੀ ਦੇ ਕਲਾਕਾਰ, ਜਿਹੜੇ ਪੰਜਾਬੀ ਗਾਉਣ ਵਾਲੇ ਜਿਹੜੇ ਕਲਾਕਾਰ, ਉਹਨਾਂ ਦਾ ਵੀ ਇਹ ਹਾਲ ਹੋਇਆ ਬਜ਼ੁਰਗ ਅਵਸਥਾ ਵਿੱਚ, ਅਤੇ ਉਹਨਾਂ ਤੋਂ ਇਲਾਵਾ ਫਿਲਮ ਇੰਡਸਟਰੀ ਦੇ ਲੋਕ ਜਿਹੜੇ, ਉਹਨਾਂ ਦਾ ਵੀ ਇਹ ਹਾਲ ਹੋਇਆ। ਕੋਈ ਪੁੱਛਦਾ ਨਹੀਂ ਬਾਅਦ 'ਚ, ਜਿੰਨਾ ਚਿਕਰ ਕੰਮ ਕਰਦੇ ਉਹਨਾਂ ਚਿਕਰ ਠੀਕ ਹੈ, ਉਹਨਾਂ 'ਚ ਉਸ ਤੋਂ ਬਾਅਦ ਤਾਂ ਕੋਈ ਗੱਲ ਨਹੀਂ ਰਹਿੰਦੀ। ਇਹ ਇੱਦਾਂ ਹੋ ਸਕਦਾ ਮੈਨੂੰ ਰਾਸ਼ਟਰਪਤੀ ਅਵਾਰਡ ਮਿਲਿਆ, ਪਰ ਮੈਂ ਸਮਝਦਾ ਸੀ ਜਿਹੜਾ ਉਹ 1,00,000 ਰੁਪਈਆ ਦਿੰਦੇ ਆ ਅਤੇ ਉਹ ਭਾਵੇਂ ਨਾ ਦੇਣ, ਪਰ ਜਿਵੇਂ ਕਲਾਕਾਰ ਨੂੰ, ਉਸ ਬਜ਼ੁਰਗ ਕਲਾਕਾਰ ਨੂੰ 10,000 ਰੁਪਈਆ ਮਹੀਨੇ ਦਾ ਦੇਈ ਜਾਣ, ਪੈਨਸ਼ਨ ਲਾ ਦੇਣ, ਪਰ ਲਾਉਣ 10,000 ਤੋਂ ਘੱਟ ਨਹੀਂ, ਤਾਂ ਜਿੰਨੀ ਮਰਜ਼ੀ ਲਾ ਦੇਣ, 10,000 ਤੱਕ ਚਾਹੀਦੀ, ਕਿਉਂਕਿ ਅੱਜ ਕੱਲ੍ਹ ਤਾਂ ਕੁਛ ਬਣਦਾ ਹੀ ਨਹੀਂ ਗਾ, ਮਹਿੰਗਾਈ ਬਹੁਤ ਹੈ ਅਤੇ ਦਵਾਈਆਂ ਆ ਜਾਂਦੀਆਂ। ਹੁਣ ਮੇਰੀਆਂ ਦਵਾਈਆਂ ਤਕਰੀਬਨ ਕਮ ਸੇ ਕਮ ਨਹੀਂ 10,000 ਦੀਆਂ ਦਵਾਈਆਂ ਆਉਂਦੀਆਂ, ਅਤੇ ਕਿਤੋਂ ਮੈਂ ਸਾਹ ਦੀ ਦਵਾਈ ਲੈਂਦਾ, ਕਿਤੋਂ ਮੈਂ ਸ਼ੂਗਰ ਦੀ ਦਵਾਈ ਲੈਂਦਾ, ਕਿਤੋਂ ਮੈਂ ਹਾਰਟ ਦੀ ਦਵਾਈ ਲੈਂਦਾ। ਹਾਰਟ ਦੀ ਦਵਾਈ ਇੱਕ ਐਸੀ ਚੀਜ਼ ਆ, ਜਿੰਨਾ ਚਿਕਰ ਜੀਣਾ ਉਨਾਂ ਚਿਕਰ ਖਾਣੀ ਪੈਂਦੀ ਹੈ, ਅਤੇ ਉਹ ਇਹ ਫਿਰ ਇੱਕ ਜਿਹੜਾ 1,00,000 ਰੁਪਈਆ, 50,000 ਜਾਂ 1,50,000 ਜਾਂ ਦੇ ਦਿੰਦੇ ਆ, ਉਹਨਾਂ ਦਾ ਕੀ ਮਤਲਬ, ਉਹਨਾਂ ਦਾ ਕੀ ਬਣ, ਉਹਦੇ ਨਾਲ ਕੀ ਬਣਦਾ? ਇਹ ਤਾਂ ਜਿੰਨਾ ਚਿਕਰ ਕਲਾਕਾਰ ਜੀਂਦਾ ਉਹਨਾਂ ਚਿਕਰ ਉਹਨੂੰ ਪੈਸਾ ਮਿਲਣਾ ਚਾਹੀਦਾ, ਉਹ ਅਸਲੀ ਸਨਮਾਨ ਆ, ਉਹ ਅਸਲੀ ਗੱਲਬਾਤ ਆ। ਸੁਰ ਤੋਂ ਪਰੇ ਹੋ ਕੇ ਕਿਤੇ ਗਾ ਰਹੇ ਆ, ਉਹਨਾਂ ਦੇ ਵਾਸਤੇ ਤੁਹਾਡਾ ਕੀ ਕਹਿਣਾ, ਕੀ ਸਲਾਹ ਆ ਉਹਨਾਂ ਨੂੰ? ਸਿੱਖ ਕੇ ਗਾਉਣਾ ਚਾਹੀਦਾ, ਮੇਰੇ ਬੇਟਿਆਂ ਨੇ ਸਿੱਖਿਆ, ਹੋ ਮੇਰੇ ਕੋਲ ਜਿੰਨਾ ਸੀਗਾ ਉਹਨਾਂ ਤਾਂ ਮੈਂ, ਬਾਕੀ ਹੋਰ ਲੋਕਾਂ ਤੋਂ, ਵੱਡੇ ਲੋਕਾਂ ਤੋਂ ਸਿੱਖਦੇ ਸੁੱਖਦੇ ਰਹਿੰਦੇ, ਕਿਉਂਕਿ ਸਿੱਖਣਾ ਥੋੜ੍ਹੇ ਟਾਈਮ ਦੀ ਗੱਲ ਨਹੀਂ ਹੈਗੀ ਕਿ ਥੋੜ੍ਹਾ ਜਿਹਾ ਟਾਈਮ ਸਿੱਖ ਲਿਆ ਠੀਕ ਹੈ, ਨਹੀਂ, ਸਾਰੀ ਜ਼ਿੰਦਗੀ ਸਿੱਖਣਾ ਪੈਂਦਾ। ਬਹੁਤ ਸਾਰੀਆਂ ਗੱਲਾਂ ਕੀਤੀਆਂ ਅਤੇ ਬਹੁਤ ਸਾਰੀਆਂ ਗੱਲਾਂ ਮੈਨੂੰ ਲੱਗਦਾ ਕਿ ਰਹਿ ਵੀ ਗਈਆਂ ਨੇ, ਕਿਉਂਕਿ ਸਮਾਂ ਜਿਹੜਾ ਆ ਉਹ ਹਮੇਸ਼ਾ ਆਪਣੀ ਰਫ਼ਤਾਰ ਦੇ ਨਾਲ ਚੱਲਦਾ ਰਹਿੰਦਾ, ਸਮਾਂ ਕਦੀ ਵੀ ਠਹਿਰਦਾ ਨਹੀਂ ਆ, ਮਨੁੱਖ ਕਈ ਵਾਰੀ ਠਹਿਰ ਜਾਂਦਾ ਆ, ਪਰ ਅਸੀਂ ਇਹ ਜਾਣਦੇ ਹਾਂ ਕਿ ਇਹ ਸੰਗੀਤ ਦਾ ਇੱਕ ਪ੍ਰਵਾਹ ਵਹਿੰਦਾ ਪਿਆ ਏ ਉਸਤਾਦ ਪੂਰਨ ਸ਼ਾਹ ਕੋਟੀ ਹੋਰਾਂ ਦੇ ਰੂਪ ਦੇ ਵਿੱਚ, ਔਰ ਇਸੇ ਤਰੀਕੇ ਨਾਲ ਵਹਿੰਦਾ ਰਹੇਗਾ, ਇਹਦੀ ਸਵੱਛਤਾ, ਇਹਦੀ ਸੁੰਦਰਤਾ ਇਸੇ ਤਰੀਕੇ ਨਾਲ ਬਰਕਰਾਰ ਰਹੇਗੀ। ਉਸਤਾਦ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੀ ਵੀ ਬਹੁਤ ਮਿਹਰਬਾਨੀ ਜੀ, ਤੁਹਾਡੇ ਚੈਨਲ ਦੀ ਬਹੁਤ ਮਿਹਰਬਾਨੀ, ਤੁਹਾਡੀ ਸਾਰੀ ਟੀਮ ਦੀ ਬੜੀ ਮਿਹਰਬਾਨੀ।
जी शुक्रिया जी। और इस दे नाल ही अपने जसवीर नूं भी इजाजत दिओ, प्रोग्राम संवाद इत्थे खत्म करन दी, फिर मुलाकात होएगी। सत श्री अकाल।